Thank you.
Thank you.
Thank you.
ਸਤਿਗੁਰੂ ਦੇ ਪਾਠ ਕਿਰਪਾ ਦੇ ਸਤਿਕਾਰ ਜੋ ਪਹਿਲੇ ਲੈ ਕੇ ਸਮਾਗਮ ਵਿੱਚ ਆਪਾਂ ਸਾਰੇ ਆਯੋਜਨ ਕਰ ਰਹੇ ਹਾਂ ਜਦੋਂ ਇਹ ਸਤਿਕਾਰ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹਾਂ ਜਾਂ ਜਿਹੜੇ ਸਤਿਕਾਰ ਹਾਲੇ ਤੱਕ ਨਹੀਂ ਪਹੁੰਚਿਆ ਇੱਕ ਘੰਟਾ ਆਪਣੇ ਕੋਲ ਬਾਕੀ ਰਹਿ ਗਿਆ ਸਮਾਂ ਬਾਬਾ ਮੇਜਰ ਸਾਹਿਬ ਜੀ ਉਹਨਾਂ ਦਾ ਸਮਾਂ ਹੈ ਸੰਗਤਾਂ ਤੋਂ ਦੇਖੀ ਹੈ ਭਾਈ ਕੰਮਾਂ ਕਾਰਾਂ ਨੂੰ ਸੰਬੋਧਿਆ ਹੋਇਆ ਆਪ ਸਭਾ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਓ ਇਸ ਮਹਾਨ ਸਿਮਰਨ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਦੇ ਲਾਲੇ ਪ੍ਰਾਪਤ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਰ ਕਿਰਪਾ ਦੇ ਸਤਿਕਾਰ ਕੇ ਸਮਾਂ ਵਰਤ ਭਾਗਾ ਕਰਕੇ ਮਿਲਿਆ ਹੈ ਜੋ 325ਵੇਂ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਆਪਾਂ ਸਾਰੇ ਸਤਿਗੁਰਾਂ ਜੀ ਦੇ ਪਾਵਨ ਦਿਹਾੜੀ ਮਨਾ ਰਹੇ ਹਾਂ ਸੋ ਜਿਹੜੀਆਂ ਵੀ ਸੰਗਤਾਂ ਹਾਲੇ ਤੱਕ ਨਹੀਂ ਪਹੁੰਚੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਰਹਿੰਦਾ ਸਭਾ ਦੇ ਉਪਰ ਵਿੱਚ ਬਾਕੀ ਹੈ ਆਪ ਸਬੰਧ ਸੰਗਤਾਂ ਵੱਧ ਚੜ ਕੇ ਇਸ ਵਾਰ ਸੰਵਾਦ ਵਿੱਚ ਹਾਜ਼ਰੀ ਭਰ ਕੇ ਕਿਰਪਾਲਤਾ ਕਰੋ ਆਓ ਬਾਬਾ ਮੇਜਰ ਸਾਹਿਬ ਜੀ ਉਹ ਮਨ ਆਪਣਾ ਸਮਾਂ ਉਹਨਾਂ ਦਾ ਹੈ ਉਹ ਹਾਜ਼ਰੀ ਭਰ ਕੇ ਆਪ ਸਬੰਧ ਸੰਗਤਾਂ ਨੂੰ ਸਿਮਰਨ ਦੇ ਨਾਲ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ।
ਆਪਣੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸੁਖਾਈਆਂ ਗੁਰੂ ਪਿਆਰੇ ਗੁਰੂ ਸਵਾਰੀ ਕਵਿਤਾ ਸਤਸੰਗ ਜੀ ਬੜਾ ਸੁਭਾਗਾ ਸਮਾਂ ਹੈ ਜੋ ਗੁਰਾਂ ਦੀ ਪਾਵਨ ਗੋਦ ਵਿੱਚ ਬੈਠਣ ਦਾ ਸਮਾਂ ਪ੍ਰਾਪਤ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਬੇਨਤੀ ਬੱਚਿਆਂ ਨੂੰ ਕਰਾਂ ਜਦੋਂ ਸਿਮਰਨ ਕਰਨਾ ਹੁੰਦਾ ਹੈ ਵਾਹਿਗੁਰੂ ਨਹੀਂ, ਕਿਉਂਕਿ ਜਦੋਂ ਵਾਹਿਗੁਰੂ ਸ਼ਬਦ ਬਣਦਾ ਹੈ ਤੇ ਬੋਬੇ ਨੂੰ ਸਿਆਹੀ ਮਾਫ ਕਰਨਾ, ਬੋਬੇ ਨੂੰ ਕਰਨਾ ਹਾਹੇ ਨੂੰ ਸਿਆਹੀ, ਗੱਗੇ ਨੂੰ ਅੰਕੜ ਤੇ ਰਾਰੇ ਨੂੰ ਲੈਂਦਾ ਵਾਹਿਗੁਰੂ। ਜੇ ਵਾਹਿਗੁਰੂ ਹੁੰਦਾ ਤਾਂ ਉੱਪਰ ਲਾਵਾਂ ਦੀ ਮਾਤਰਾ ਹੁੰਦੀ, ਵਾਹਿਗੁਰੂ ਨਹੀਂ ਵਾਹਿਗੁਰੂ। ਜਿੰਨਾ ਅਸੀਂ ਸ਼ੁੱਧ ਉਚਾਰਨ ਕਰਾਂਗੇ ਉੱਨੀ ਹੀ ਪਰਮਾਤਮਾ ਦੇ ਨਾਲ ਛੇਤੀ ਲਿਪ ਜੁੜੇ, ਜਿੰਨਾ ਅਸੀਂ ਗਲਤ ਉਚਾਰਨ ਕਰਾਂਗੇ ਉਹਨਾਂ ਹੀ ਸਮਾਂ ਗੁਰੂ ਕੋ ਗੱਲ ਵਿਅਰਥ ਜਾਵੇਗਾ। ਸੋ ਗੁਰੂ ਕੋ ਗੱਲ ਕੱਲ੍ਹ ਵਿਸਾਖੀ ਦਾ ਸ਼ਬਦ ਦਿਹਾੜਾ ਲੱਗ ਗਿਆ, ਸਾਰੇ ਹੀ ਅਸੀਂ ਇਹ ਜਾਣਦੇ ਹਾਂ ਕਿ ਵਿਸਾਖੀ ਦਾ ਸ਼ਬਦ ਦਿਹਾੜਾ ਕਿਉਂ ਮਨਾਇਆ ਜਾਂਦਾ। ਗੁਰੂ ਕੋ ਪਿਆਰਿਓ, ਵਿਸਾਖੀ ਦੇ ਸ਼ਬਦ ਦਿਹਾੜੇ ਦੇ ਨਾਲ ਪਾਣੀ ਦੇ ਕਾਰਨ ਖੜੇ ਹੋਏ, ਸਾਨੂੰ ਸਿਰਫ ਇੰਨਾ ਹੀ ਪਤਾ ਹੈ ਕਿ ਖਾਲਸਾ ਪੰਥ ਦੇ ਸਿਰਜਣਾ ਦਿਵਸ ਹੈ। ਦਸਵੇਂ ਪਾਤਸ਼ਾਹ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਪੰਜ ਪਿਆਰੇ ਸਾਡੇ ਵਿਸਾਖੀ ਦਾ ਸ਼ਬਦ ਨਾਲ ਹੋਰ ਚਾਰ ਜੋ ਮੁੱਖ ਇਤਿਹਾਸ ਨੇ ਉਹ ਸਾਨੂੰ ਬਿਲਕੁਲ ਵੀ ਨਹੀਂ ਪਤਾ। ਸਭ ਤੋਂ ਪਹਿਲਾਂ ਆਪਾਂ ਇਤਿਹਾਸ ਤੋਂ ਜਾਣ ਪਾਵਾਂਗੇ, ਕਿਉਂਕਿ ਜੇ ਅੱਜ ਦੀ ਪੀੜ੍ਹੀ ਨੂੰ ਇਤਿਹਾਸ ਦਾ ਨਹੀਂ ਪਤਾ ਤੇ ਗੁਰੂ ਕੋ ਪਿਆਰਿਓ ਫਿਰ ਆਉਣ ਵਾਲੀ ਪੀੜ੍ਹੀ ਅਗਾਂਹ ਆਪਣੇ ਬੱਚਿਆਂ ਨੂੰ ਵੀ ਇਤਿਹਾਸ ਸੁਣਾਉਂਦੇ। ਗੁਰੂ ਕੋ ਪਿਆਰਿਓ ਵਿਸਾਖੀ ਦਾ ਸ਼ਬਦ ਦਿਹਾੜਾ ਸਵਾਲ ਬਣਨੇ ਹੋਵੇ, ਮੈਂ ਬੇਨਤੀ ਕਰਾਂ ਬੱਚਿਆਂ ਨੂੰ ਵੀ ਤੇ ਬੀਬੀਆਂ ਭੈਣਾਂ ਨੂੰ ਕਿ ਜੇ ਧਿਆਨ ਦੇ ਨਾਲ ਸੁਣੀਏ ਤਾਂ ਸਾਡਾ ਹੀ ਪਤਾ। ਵਿਸਾਖੀ ਦਾ ਸ਼ਬਦ ਦਿਹਾੜਾ 1699 ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਨੇ ਸੰਦੇਸ਼ੇ ਭੇਜੇ ਸਨ ਦੋ ਦੋ ਇਲਾਕਿਆਂ ਦੇ ਵਿੱਚ ਕਿ ਇਸ ਵਾਰ ਜੋ ਵਿਸਾਖੀ ਦਾ ਸ਼ਬਦ ਦਿਹਾੜਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਵੇ ਤੇ ਸੰਗਤਾਂ ਵੱਧ ਤੋਂ ਵੱਧ ਪਹੁੰਚਣ। ਗੁਰੂ ਸਾਹਿਬ ਦਾ ਸੰਦੇਸ਼ਾ ਜਦੋਂ ਸੰਗਤਾਂ ਨੂੰ ਮਿਲਿਆ ਸਾਰੀਆਂ ਸੰਗਤਾਂ ਬੜੀਆਂ ਬਹੁਤ ਭਾਗੀਆਂ ਪਹੁੰਚੀਆਂ, ਦੂਰੋਂ ਦੂਰੋਂ ਦੇਸ਼ਾਂ ਦੇ ਵਿੱਚੋਂ ਵਿਅਰਥ ਸੰਗਤਾਂ ਆਈਆਂ। ਪਹਿਲਾਂ ਤਾਰੋਂ ਵੀ ਬੜੀ ਭਾਰੀ ਵਿਸਾਖੀ ਅਨੰਦਪੁਰ ਸਾਹਿਬ ਦੇ ਵਿੱਚ ਰਹੀ ਤੇ ਗੁਰੂ ਕੋ ਪਿਆਰਿਓ ਕਈ ਦੋ ਦਿਨ ਪਹਿਲਾਂ ਆ ਕੇ, ਕੋਈ ਤਿੰਨ ਦਿਨ ਪਹਿਲਾਂ ਆ ਕੇ, ਕੋਈ ਵਿਸਾਖੀ ਵਾਲੇ ਦਿਨ ਆਏ। ਅੱਜ ਇੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਅਨੰਦਪੁਰ ਸਾਹਿਬ, ਉਸ ਕੇਸਗੜ੍ਹ ਕਿਲ੍ਹੇ ਦੀ ਥਾਂ ਤੇ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਲਈ ਤਖ਼ਤ ਬੁਲਾਇਆ ਸੀ ਤੇ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਕੋ ਪਿਆਰਿਓ ਪੰਜ ਸੀਸਾਂ ਦੀ ਮੰਗ ਕੀਤੀ। ਇਹ ਸਾਨੂੰ ਸਾਰਿਆਂ ਕਿਉਂਕਿ ਖਾਲਸੇ ਦੀ
ਆਤਮਿਕ ਤੇ ਅੰਮ੍ਰਿਤਮਈ ਜੀਵਨ ਦੀ ਕਿਰਿਆ ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕੀ। ਖਾਲਸਾ ਸਾਜਣਾ ਕੋਈ ਇੱਕ ਦਿਨ ਦੀ ਖੇਡ ਨਹੀਂ ਸੀ, ਇਹਨੂੰ 230 ਸਾਲ ਲੱਗੇ ਨੇ ਖਾਲਸਾ ਪੰਥ ਨੂੰ ਸੱਜੀ ਜਾ। ਗੁਰੂ ਗੋਬਿੰਦ ਧਾਰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਨਮ ਤੋਂ ਲੈ ਕੇ ਆਗਮਨ ਤੱਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੱਕ ਦਸਾਂ ਪਾਤਸ਼ਾਹਾਂ ਦਾ ਗੁਰੂ ਕੋ ਪਿਆਰੇ ਸਾਰਿਆਂ ਨੇ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੰਗਤਾਂ ਨੂੰ ਅੰਧ ਵਿਸ਼ਵਾਸ ਵਿੱਚੋਂ ਕੱਢਿਆ, ਉਸ ਦਿਨ ਤੋਂ ਅਵਤਾਰ ਪਰਮੇਸ਼ਰ ਦੇ ਨਾਲ ਜੋੜਨ ਕੀਤਾ, ਰੱਬ ਦੇ ਰਾਹ ਤੇ ਖੋਜਿਆ, ਧਰਮਸ਼ਾਲਾ ਬਣਵਾਈਆਂ। ਛੇਵੇਂ ਪਾਤਸ਼ਾਹ ਜੀ ਮਹਾਰਾਜ ਦਾ ਵੇਲਾ ਆਇਆ ਤੇ ਉਹਨਾਂ ਨੇ ਗੁਰੂ ਕੋ ਪਿਆਰੇ ਆਪਣੇ ਨਾਲ ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਤੇ ਗੁਰੂ ਕੋ ਪਿਆਰੇ ਉਹਨਾਂ ਦੇ ਨਾਲ ਇੱਕ ਸਿੱਖ ਹੁੰਦਾ ਸੀ। ਕਾਬੁਲ ਦੀਆਂ ਸੰਗਤਾਂ ਨੇ ਇੱਕ ਵਾਰੀ ਗੁਰੂ ਸਾਹਿਬ ਜੀ ਨੂੰ ਦੇਖ ਕੇ ਭੇਜਿਆ। ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਸਾਨੂੰ ਇੱਕ ਸੁੰਦਰ ਚਰਾਗੀ ਘੋੜੇ ਦੀ ਜ਼ਰੂਰਤ ਹੈ ਤੇ ਸਾਡੇ ਵਾਸਤੇ ਭੇਜਿਆ। ਇਸ ਗੱਲ ਲਈ ਉਹਨਾਂ ਨੇ ਭਾਈ ਸਾਧੂ ਜੀ ਨੂੰ ਇਰਾਕ ਭੇਜਿਆ ਸੀ ਤੇ ਅਜੇ ਉਹ ਮਸਾਂ ਜ਼ਿਕਰ ਪੜਾਵ ਨਹੀਂ ਪਹੁੰਚੇ ਸੀ ਭਾਈ ਸਾਧੂ ਜੀ ਤੇ ਪਿੱਛੋਂ ਘਰੋਂ ਉਹਨਾਂ ਨੂੰ ਸੰਦੇਸ਼ਾ ਪਹੁੰਚ ਗਿਆ ਸੀ ਕਿ ਤੁਹਾਡਾ ਪੁੱਤਰ ਬਹੁਤ ਜ਼ਿਆਦਾ ਬਿਮਾਰ ਹੋ ਚੁੱਕਿਆ, ਤੁਸੀਂ ਵਾਪਸ ਆਉਂਦੇ ਹੋ ਤੇ ਭਾਈ ਸਾਧੂ ਜੀ ਕਹਿਣ ਲੱਗੇ ਕਿ ਹੁਣ ਅਸਾਂ ਨੇ ਗੁਰਾਂ ਦੇ ਬਚਨਾਂ ਵੱਲ ਰੁਖ ਕਰ ਲਿਆ, ਹੁਣ ਅਸੀਂ ਵਾਪਸ ਨਹੀਂ ਹੋ ਸਕਦੇ, ਗੁਰੂ ਦੇ ਵਚਨ ਨੂੰ ਅਸੀਂ ਪਿੱਠ ਨਹੀਂ ਕਰ ਸਕਦੇ। ਜੇਕਰ ਸਾਡਾ ਪੁੱਤਰ ਚੜ੍ਹਾਈ ਵੀ ਲੱਗ ਜਾਵੇ ਨਾ ਤੇ ਘਰ ਦੇ ਵਿੱਚ ਬਾਲਣਾ ਬਹੁਤ ਪਿਆ, ਤੁਸੀਂ ਸਾਡੇ ਪੁੱਤਰ ਦਾ ਸੰਸਕਾਰ ਕਰ ਦਿਓ। ਵਚਨ ਮੰਨਿਆ ਭਾਈ ਸਾਧੂ ਜੀ ਨੇ ਤੇ ਗੁਰੂ ਨੂੰ ਪਿਆਰਿਓ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਹਰਕੋਲ ਨੂੰ ਵੰਗਾਰਨਾ ਇਹ ਸਿੱਖਾਂ ਨੇ ਸ਼ੁਰੂ ਕਰ ਦਿੱਤਾ। ਕੋਤਵਾਲੀ ਦੇ ਸਾਹਮਣੇ ਸੀਸ ਤੇ ਧਰ ਚੁੱਕ ਕੇ ਡਿਆ, ਸੀਸ ਕੌਣ ਲੈ ਕੇ ਗਿਆ ਇਹ ਵੀ ਸਾਨੂੰ ਪਤਾ, ਧਰ ਕੌਣ ਲੈ ਕੇ ਗਿਆ ਇਹ ਵੀ ਸਾਨੂੰ ਪਤਾ। ਗੁਰੂ ਕੋ ਪਿਆਰਿਓ ਧਰ ਦੇ ਸਮੇਤ ਆਪਣੇ ਧਰ ਨੂੰ ਅੱਗ ਲਾ ਦੇਣੀ ਇਹ ਵੀ ਸਿੱਖਾਂ ਦੇ ਵਿੱਚ ਇੱਕ ਵੱਖਰੀ ਸ਼ਕਤੀ ਪੈਦਾ ਗੁਰੂ ਸਾਹਿਬ ਜੀ ਨੇ ਕਰ ਦਿੱਤੀ। ਸੀਸ ਨੂੰ ਚੁੱਕ ਕੇ ਲੈ ਕੇ ਆਏ ਭਾਈ ਜਨਤਾ ਜੀ, ਜਿਹਨਾਂ ਨੂੰ ਅਸੀਂ ਅੱਜ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੋਂ ਜਾਣਦੇ, ਇਹਨਾਂ ਦੇ ਅਸਥਾਨ ਤੇ ਅਸੀਂ ਬੈਠੇ ਹੋਏ। ਗੁਰੂ ਕੋ ਪਿਆਰਿਓ ਔਰੰਗਜ਼ੇਬ ਨੂੰ ਕਿਸ਼ਤੀ ਵਿੱਚ ਬੈਠਿਆ ਹੋਇਆ ਪੱਥਰ ਮਾਰ ਕੇ ਉਹਦੇ ਤੇ ਤਲਵਾਰ ਦੇ ਨਾਲ ਹਮਲਾ ਕਰਨਾ ਇਹ ਸਭ ਕੁਝ ਹੋਣਾ ਸ਼ੁਰੂ ਹੋ ਗਿਆ ਸੀ। ਸੋ ਗੁਰੂ ਕੋ ਪਿਆਰਿਓ ਸਮਾਂ ਆ ਗਿਆ ਵਿਸਾਖੀ ਦਾ 1600। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੂਰ ਦੂਰ ਸੰਦੇਸ਼ੇ ਭੇਜੇ ਤੇ ਸਿੱਖਾਂ ਦਾ ਇਕੱਠ ਕੀਤਾ ਤੇ ਅੱਜ ਵਿਸਾਖੀ ਵਾਲੇ ਦਿਨ ਗੁਰੂ ਕੋ ਪਿਆਰਿਓ ਨੇ ਅੱਜ ਜ਼ਿਕਰ ਇਸ ਕਰਕੇ ਕਰ ਰਿਹਾ ਕਿ ਆਪਾਂ ਕਥਾ ਵਿਚਾਰ ਅੱਜ ਕਰਦੇ ਹਾਂ, ਵਿਸਾਖੀ ਕੱਲ੍ਹ ਲੰਘ ਚੁੱਕੀ। ਵਿਸਾਖੀ ਵਾਲੇ ਦਿਨ ਗੁਰੂ ਕੋ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਮਿਆਰ ਤੋਂ ਤਲਵਾਰ ਕੱਢੀ ਤੇ ਗੁਰੂ ਕੋ ਪਿਆਰਿਓ ਸਭ ਤੋਂ ਪਹਿਲਾਂ ਸੰਗਤਾਂ ਨੂੰ ਤਲਵਾਰ ਵਿਖਾਉਂਦੇ ਹੋਏ ਕਿਹਾ ਕਿ ਸਾਨੂੰ ਇੱਕ ਸੀਸ ਦੀ ਲੋੜ ਹੈ, ਕੋਈ ਸਿੱਖ ਹੈ ਜਿਹੜਾ ਆਪਣਾ ਸੀਸ
ਸੰਗਤਾਂ ਦੇ ਮਨ ਵਿੱਚ ਇਹ ਸੀ ਕਿ ਗੁਰੂ ਸਾਹਿਬ ਜੀ ਚੰਗੀਆਂ ਭੇਜੀਆਂ ਸੀਗੀਆਂ, ਵਿਸਾਖੀ ਬੜੇ ਧੂਮ ਧਾਮ ਏਕੇ ਦੇ ਕੰਮ ਉਲਟ ਹੋ ਗਿਆ। ਏਕੇ ਦੇ ਗੁਰੂ ਸਾਹਿਬ ਜੀ ਤਲਵਾਰ ਕੱਢ ਕੇ ਪੁੱਛਦੇ ਨੇ ਕਿ ਸੇਸ਼ ਦੀ ਲੋੜ ਹੈ ਕਿਹੜਾ ਸੀ। ਕਈ ਜਿਹੜੇ ਵਿੱਚੋਂ ਸਰਬੋਧ ਸਿੰਘਾਂ ਤੋਂ ਕਹਿੰਦੇ ਕਿ ਆਪਾਂ ਭੱਜ ਲਈਏ, ਪਰ ਸਭ ਤੋਂ ਪਹਿਲਾਂ ਗੁਰਮੁਖ ਤੋਂ ਪਿਆਰੇ ਉੱਠੇ ਆ ਭਾਈ ਦਇਆ ਸਿੰਘ ਜੀ। ਗੁਰੂ ਸਾਹਿਬ ਜੀ ਨੇ ਤੇਲ ਮੇਲ ਮਿਟਾ ਕੇ ਭਾਈ ਦਇਆ ਸਿੰਘ ਜੀ ਨੂੰ ਆਪਣੇ ਨਾਲ ਤੰਬੂ ਦੇ ਵਿੱਚ ਲੈ ਗਿਆ। ਗੁਰਮੁਖ ਤੋਂ ਪਿਆਰੇ ਫਿਰ ਵਾਰੀ ਵਾਰੀ ਪੰਜਾਂ ਸਿੱਖਾਂ ਨੇ ਆਪਣੇ ਸੀਸ ਭੇਟ ਕੀਤੇ। ਭਾਈ ਦਇਆ ਸਿੰਘ ਲਾਹੌਰ ਦਾ ਖੱਤਰੀ ਸੀ, ਫਿਰ ਭਾਈ ਦਇਆ ਧਰਮ ਸਿੰਘ ਜੀ ਦਿੱਲੀ ਦਾ ਜੱਟ, ਭਾਈ ਮੋਹਕਮ ਸਿੰਘ ਦਵਾਰਕਾ ਦਾ ਧੋਬੀ, ਭਾਈ ਸਾਹਿਬ ਸਿੰਘ ਦੱਖਣੀ ਭਾਰਤ ਦੇ ਬਿਦਰਵਾ ਲਾਈ ਤੇ ਭਾਈ ਜਿਮਰ ਸਿੰਘ ਜਗਨਨਾਥਪੁਰੀ ਦਾ ਝਿਓ। ਇਹ ਪੰਜਾਂ ਨੇ ਵਾਰੀ ਵਾਰੀ ਆਪਣੇ ਸੀਸ ਭੇਟ ਕੀਤੇ। ਗੁਰੂ ਸਾਹਿਬ ਜੀ ਸਭਨਾਂ ਨੂੰ ਤੰਬੂ ਦੇ ਅੰਦਰ ਲਿਜਾ ਕਰਕੇ ਇੱਕ ਵੱਖਰਾ ਤੇ ਨਿਆਰਾ ਰੂਪ ਦਿੱਤਾ। ਸੋਹਣੇ ਵਸਤਰ ਸਜਾ ਕੇ, ਸੋਹਣੇ ਸ਼ਸਤਰ ਸਜਾ ਕੇ ਗੁਰੂ ਸਾਹਿਬ ਜੀ ਤੰਬੂ ਦੇ ਵਿੱਚੋਂ ਬਾਹਰ ਲੈ ਕੇ ਆਏ। ਸਾਰੀਆਂ ਸਿੰਘਾਂ ਵੇਖ ਕੇ ਹੈਰਾਨ ਹੋਈਆਂ ਕਿ ਅੱਜ ਕਾਫ਼ੀ ਗੁਰ ਗੁਰਮੁਖ ਪਿਆਰੇ ਇਤਿਹਾਸ ਦਾ ਬੜਾ ਕੁਝ ਲਿਖਦੇ। ਕਈ ਕਹਿੰਦੇ ਨੇ ਉਹਨਾਂ ਨੇ ਅੰਦਰ ਬੱਕਰੇ ਵੀ ਵੱਢੇ, ਪਰ ਗੁਰਮੁਖ ਪਿਆਰੇ ਬਿਲਕੁਲ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਜੋ ਅੰਦਰ ਵੱਢਣਾ ਕੀਤੀ ਹੈ ਉਹ ਤੇਲ ਮੇਲ ਜਾਤ ਪਾਤ ਉੱਚ ਨੀਚ ਉਹ ਅੰਦਰ ਵੱਢ ਦਿੱਤੀ। ਤੇ ਗੁਰਮੁਖ ਪਿਆਰਾ ਹਮੇਸ਼ਾ ਵਾਸਤੇ ਉਹਨਾਂ ਨੂੰ ਆਪਣਾ ਪੁੱਤਰ ਬਣਾ ਲਿਆ, ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਤੇ ਗੁਰਮੁਖ ਪਿਆਰੇ ਮਾਤਾ ਸਾਹਿਬ ਕੌਰ ਅਨੰਦਪੁਰ ਦਾ ਵਾਸੀ ਬਣਾ ਦਿੱਤਾ। ਪੁਰਾਣੀ ਕੁਲ ਵਰਨ ਨਾਸ਼ ਜਾਤ ਸਭ ਕੁਝ ਨਾਸ਼ ਕਰ ਦਿੱਤਾ ਤੇ ਖਾਲਸਾ ਪੰਥ ਦਾ ਖਿਤਾਬ ਦਿੱਤਾ। ਗੁਰਮੁਖ ਪਿਆਰੇ ਇੱਥੇ ਹੀ ਬਸ ਨਹੀਂ ਹੋਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਆਪ ਉਹਨਾਂ ਤੋਂ ਅਮਰ ਕਿਤਾਬ ਲਈ। ਗੁਰਮੁਖ ਪਿਆਰੇ ਗੁਰੂ ਚੇਲੇ ਦਾ ਭੇਦ ਮਿਟਾ ਦਿੱਤਾ। ਅੱਜ ਵੀ ਅਸੀਂ ਜਾਤਾਂ ਪਾਤਾਂ ਵਿੱਚ ਵਿਤਕਰਾ ਕਰਦੇ ਹਾਂ, ਕੋਈ ਜੱਟ ਹੈ, ਕੋਈ ਮਜ਼੍ਹਬੀ ਹੈ, ਕੋਈ ਸੰਧੂ ਹੈ, ਕੋਈ ਗੁਰਦਾ ਹੈ, ਕੋਈ ਕੀ ਹੈ, ਪਰ ਗੁਰਮੁਖ ਪਿਆਰੇ ਜਿਹੜਾ ਖਾਲਸਾ ਹੈ ਨਾ ਗੁਰੂ ਦਾ ਉਹਦੀ ਕੋਈ ਜਾਤ ਨਹੀਂ, ਜਿਹਨੇ ਅੰਮ੍ਰਿਤ ਦੀ ਦਾਤ ਲੈ ਲਈ ਉਹਦੀ ਕੋਈ ਜਾਤ ਨਹੀਂ। ਤੇ ਗੁਰਮੁਖ ਪਿਆਰੇ ਜਿਹੜਾ ਅੰਮ੍ਰਿਤ ਦੀ ਦਾਤ ਲੈਂਦਾ ਹੈ ਨਾ ਇਹ ਉਹੀ ਜਾਣਦਾ ਹੈ, ਜਦੋਂ ਗੁਰੂ ਅੰਮ੍ਰਿਤ ਦੀ ਦਾਤ ਲੈਂਦਾ ਹੈ ਨਾ ਪੰਜ ਪਿਆਰੇ ਉਹਦੇ ਕੇਸਾਂ ਦੇ ਛੱਟਾਂ ਮਾਰਦੇ, ਨੇਤਰਾਂ ਦੇ ਛੱਟਾਂ ਮਾਰਦੇ ਤੇ ਅੰਮ੍ਰਿਤ ਛਕਾਉਂਦੇ ਵੀ ਨੇ। ਗੁਰਮੁਖ ਪਿਆਰੇ ਫਿਰ ਉਹੀ ਜਾਣਦਾ ਕਿ ਅੰਦਰ ਇੱਕ ਨਵੀਂ ਰੂਹ ਉੱਠੀ ਗਈ ਹੈ, ਅੰਦਰ ਪੁਰਾਣਾ ਨਹੀਂ ਮਹਿਸੂਸ ਹੁੰਦਾ। ਅੰਮ੍ਰਿਤ ਛਕਣ ਤੋਂ ਬਾਅਦ ਉਹਨੂੰ ਅੰਦਰ ਨਵਾਂ ਨਵਾਂ ਮਹਿਸੂਸ ਹੁੰਦਾ ਕਿ ਪਤਾ ਨਹੀਂ ਅੰਦਰ ਕਿਹੜੀ ਐਸੀ ਰੂਹ ਉੱਠ ਦਿੰਦੀ ਗਈ। ਗੁਰਮੁਖ ਪਿਆਰੇ ਪਰ ਜੇ ਅਸੀਂ ਅੰਮ੍ਰਿਤ ਛਕੀਏ ਇਸ ਗੱਲ ਨੂੰ ਅਸੀਂ ਪਾਣੀ ਤੇ ਪੰਜ ਪਿਆਰੇ ਗੁਰੂ ਸਾਹਿਬ ਜੀ ਨੇ ਉਸ ਵੇਲੇ ਪਾਸ ਸਾਡੇ ਕਿ ਤੰਤਰਕਾਰ ਦੀ ਫੈਸਲਾ ਲੈਣ ਵਾਸਤੇ ਗੁਰਦਾ ਗੱਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦਿੱਤੀ, ਪਰ ਤੰਤਰਕਾਰੀ ਫੈਸਲਿਆਂ ਵਾਸਤੇ ਪੰਜ ਪਿਆਰੇ ਸਾਜੇ ਤੇ ਗੁਰਮੁਖ ਪਿਆਰੇ ਉਹਨਾਂ ਪੰਜਾਂ ਪਿਆਰਿਆਂ ਦੇ ਹੁਕਮ ਤੋਂ ਬਾਹਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਨਹੀਂ ਸੀ। ਜਦੋਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਿਆ, ਪਹਾੜੀ ਰਾਜਿਆਂ ਨੇ ਘੇਰਾ ਪਾਇਆ, ਔਰੰਗਜ਼ੇਬ ਦੀਆਂ ਫੌਜਾਂ ਨੇ ਘੇਰਾ ਪਾਇਆ, ਤੇ ਗੁਰਮੁਖ ਪਿਆਰੇ ਉਦੋਂ ਵੀ ਜਦੋਂ ਕਿਲ੍ਹਾ ਛੱਡਿਆ ਹੋਇਆ
ਤਾਂ ਪੰਜਾਂ ਪਿਆਰਿਆਂ ਦੇ ਗੁਲਾਮ ਦੇ ਨਾਲ ਫਿਰ ਛੱਡਿਆ। ਮੁਗਲਾਂ ਨੇ ਚੜ੍ਹਾਈ ਕਰ ਦਿੱਤੀ, ਮਗਰ ਸੰਤਾਂ ਨਦੀ ਕੰਢੇ ਤੇ ਜੰਗ ਹੋਈ, ਪਰਿਵਾਰ ਪਿਛੜ ਗਿਆ। ਗੁਰਮੁਖੋਂ ਪਿਆਰਿਓ, ਚਮਕੌਰ ਦੀ ਗੜੀ ਤੇ ਗੁਰੂ ਸਾਹਿਬ ਜੀ ਨੇ ਟਿਕਾਣਾ ਕੀਤਾ, ਤੇ ਜਦੋਂ ਚਮਕੌਰ ਦੀ ਗੜੀ ਛੱਡੀ ਉਹ ਵੀ ਗੁਰੂ ਸਾਹਿਬ ਜੀ ਨੇ ਪੰਜ ਪਿਆਰਿਆਂ ਦੇ ਹੁਕਮ ਦੇ ਨਾਲ ਛੱਡੀ, ਆਪਣੀ ਮਰਜ਼ੀ ਕੀਤੀ। ਗੁਰਮੁਖੋਂ ਪਿਆਰਿਓ, ਅੱਜ ਅਕਸਰ ਕੀ ਵੇਖਿਆ ਜਾਂਦਾ ਕਿ ਗਲੀਆਂ ਦੇ ਵਿੱਚ ਨਾ ਮੋਟਰਸਾਈਕਲਾਂ ਦੇ ਉੱਤੇ ਆਉਂਦੇ ਆ ਵੀ ਵਾਲ ਹੋ ਗਏ, ਚਲੋ ਜੋ ਹਜ਼ਾਰ ਤੇ ਗੁਰੂ ਕੋ ਪਿਆਰੋ, ਅਸੀਂ ਆਪਣੇ ਕੇਸਾਂ ਨੂੰ ਵੇਚਣ ਦੇ ਲਈ ਤਿਆਰ ਹੋ ਗਏ। ਕਿੰਨੇ ਕੁ ਮਿਲਦੇ ਹੋਣਗੇ, 100, 200, 500 ਵੀ ਮਿਲਦਾ ਹੋ, 1000 ਵੀ ਮਿਲਦਾ ਹੋ, ਪਰ ਕੀ ਉਹਦੇ ਨਾਲ ਸਾਡੀ ਸਾਰੀ ਉਮਰ ਦੀ ਰੋਟੀ ਚੱਲਦੀ? ਜਿਹੜੇ ਕੇਸ ਅਸੀਂ ਵੇਚ ਦਿੱਤੇ ਉਹਦੇ ਨਾਲ ਸਾਡੇ ਘਰ ਦੀ ਸਾਰੀ ਉਮਰ ਦੀ ਰੋਟੀ ਚੱਲਦੀ ਹੈ? ਨਹੀਂ ਚੱਲਦੀ। ਗੁਰੂ ਸਾਹਿਬ ਜੀ ਨੇ ਪੰਜ ਵਿਕਾਰ ਬਖਸ਼ਿਸ਼ ਕੀਤੇ ਹੈ, ਕੰਘਾ, ਕੜਾ, ਕਿਰਪਾਨ, ਦੁਸ਼ਹਿਰਾ ਤੇ ਗੁਰਮੁਖੋਂ ਪਿਆਰੋ ਕੇਸ ਵੀ ਨਾਲੇ ਆ ਜਾਂਦੇ ਹਨ। ਗੁਰਮੁਖੋਂ ਪਿਆਰੋ ਕੇਸ ਵੀ ਨਾਲੇ ਆ ਜਾਂਦੇ ਨੇ, ਤੇ ਇਸ ਕਰਕੇ ਜੇ ਅਸੀਂ ਕੇਸ ਵੇਚਦੇ ਹਾਂ ਨਾ, ਵਾਰ ਵੇਚਦੇ ਹਾਂ, ਤੇ ਅਸੀਂ ਵੀ ਉਹਨਾਂ ਕੇਸਾਂ ਦੀ ਬੇਅਦਬੀ ਕਰਦੇ, ਅਸੀਂ ਵੀ ਗੁਰੂ ਦੇ ਦੋਖੀ ਹਾਂ। ਜੇ ਉਹ ਵਾਰ ਖਰੀਦਣ ਵਾਲਾ ਦੋਖੀ ਹੈ ਤੇ ਅਸੀਂ ਵੇਚਣ ਵਾਲੇ ਵੀ ਉਹਨੇ ਦੋਖੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਮੁਖ ਵਰੇ ਜਿਨ੍ਹਾਂ ਨੇ ਚਮਕੌਰ ਦੀ ਗਲੀ ਛੱਡਣ ਵੇਲੇ ਆਪਣੇ ਪੈਰਾਂ ਦੇ ਜੋੜੇ ਲਈ ਉਪਕਾਰ ਦਿੱਤੇ ਸੀ ਕਿ ਕਿਤੇ ਮੇਰੇ ਸਿੰਘ ਜੁੜਦੇ ਹੋਣਗੇ, ਕਿਸੇ ਦੇ ਜੁੜਦਿਆਂ ਹੋਇਆ ਕੇਸ ਖੁੱਲ੍ਹ ਕੇ ਹੋਣਗੇ, ਕਿਤੇ ਭੁੱਲ ਭੁਲੇਖੇ ਕਿ ਮੇਰਾ ਕਿਤੇ ਪੈਰ, ਮੇਰਾ ਜੋੜਾ ਕਿਤੇ ਉਹਨਾਂ ਮੇਰੇ ਸਿੱਖਾਂ ਦੇ ਕੇਸਾਂ ਦੇ ਨਾਲ ਆ ਜਾ। ਕੇਸਾਂ ਦੀ ਗਲਤੀ ਕਿ ਆਪਣਾ ਜੋੜਾ ਉਤਾਰ ਕੇ ਨੰਗੇ ਪੈਰੀ ਹੋ ਗਏ ਸੀ, ਅੱਜ ਉਹੀ ਵਾਰ ਅਸੀਂ ਵੇਚਦੇ ਹਾਂ। ਤੇ ਗੁਰਮੁਖੋਂ ਪਿਆਰੋ, ਜੇ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰੀਰ ਕਰਕੇ ਹੁੰਦੇ ਨਾ, ਤੇ ਅੱਜ ਅਸੀਂ ਉਹਨਾਂ ਦੇ ਸਾਹਮਣੇ ਨਹੀਂ ਸੀ ਬੈਠਣਾ, ਜਿੰਨੇ ਵੀ ਸੋਨੇ ਹਾਲਤਾ ਦੇ ਮਨੁੱਖ। ਜੇ ਕੋਈ ਵਿਸਾਖੀ ਜਾਂਦਾ ਨਾ ਆਨੰਦਪੁਰ ਸਾਹਿਬ ਜਾਂ ਹੋਰ ਕਿਸੇ ਤਖ਼ਤ 'ਤੇ ਜਾਂਦਾ ਜਾਂ ਦਰਬਾਰ ਸਾਹਿਬ ਚਾਰਾਂ ਪੰਜਾਂ ਨੌਜਵਾਨਾਂ ਨੇ ਜਾਣਾ ਜਾਂ ਮੁਕਤਸਰ ਸਾਹਿਬ ਜਾਣਾ ਹੋਵੇ, ਇਹਨਾਂ ਕਿੱਥੇ ਚੱਲਿਆ? ਕਹਿੰਦਾ ਮੇਲੇ ਚੱਲਿਆ। ਮੇਲਾ ਕਿਹੜਾ? ਮੁਕਤਸਰ ਕਿਹੜਾ ਮੇਲਾ ਲੱਗਿਆ ਸੀ? ਗੁਰਮੁਖੋਂ ਮੁਕਤਸਰ ਸ਼ਹੀਦੀਆਂ ਹੋਈਆਂ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਟੁੱਟੀ ਗਲਤੀ ਸੀ ਕਿ ਅਸੀਂ ਉੱਥੇ ਵਾਲ ਕਟਾ ਕੇ, ਸ਼ੇਵਾ ਕਟਾ ਕੇ, ਦਾੜੀਆਂ ਕਟਾ ਕੇ ਜਾਂਦੇ ਹਾਂ ਮੇਲਾ ਵੇਖ। ਅਸੀਂ ਆਨੰਦਪੁਰ ਸਾਹਿਬ ਜਾ ਰਹੇ ਹਾਂ ਮੇਲਾ ਦੇਖਣ, ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਘਰ ਛੱਡਿਆ। ਗੁਰਮੁਖੋਂ ਪਿਆਰੋ, ਜੇ ਅੱਜ ਸਾਨੂੰ ਆਪਣਾ ਘਰ ਛੱਡਣਾ ਪਵੇ ਨਾ, ਤੇ ਗੁਆਂਢੀ ਦੇ ਘਰੇ ਗਾਣੇ ਚੱਲਦੇ ਹੋਣ, ਸਾਨੂੰ ਬੜਾ ਦੁੱਖ ਲੱਗਦਾ ਹੈ ਕਿ ਅੱਜ ਮੇਰਾ ਘਰ ਪੁੱਜਣ ਚੱਲਿਆ ਤੇ ਗੁਆਂਢੀ ਖੁਸ਼ੀਆਂ। ਜਿਹੜੇ ਮੇਲੇ 'ਚ ਅਸੀਂ ਜਾ ਰਹੇ ਹਾਂ ਆਨੰਦਪੁਰ ਸਾਹਿਬ, ਗੁਰਮੁਖੋਂ ਪਿਆਰੋ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਨਾਮ ਦੁੱਖ ਹੁੰਦਾ, ਕਿਤੇ ਕਾਹਦੀਆਂ ਖੁਸ਼ੀਆਂ ਮਨਾਉਂਦੇ? ਮੇਰਾ ਪਰਿਵਾਰ ਗਿਆ, ਮੇਰੇ ਪੁੱਤਰ ਗਏ, ਅਨੇਕਾਂ ਸ਼ਹੀਦ ਹੋ ਗਏ, ਅੱਜ ਇਹ ਨੀਚਿਆਂ ਦੇ ਗਾਣੇ ਗਾ ਰਹੇ। ਸੋਚਣ ਵਾਲੀ ਗੱਲ ਹੈ, ਜਿਨ੍ਹਾਂ ਦੁੱਖਾਂ ਦੇ ਵਿੱਚੋਂ ਸਾਨੂੰ ਗੁਰੂ ਸਾਹਿਬ ਜੀ ਨੇ ਕੱਢਿਆ ਸੀ, ਉਹਨਾਂ ਦੀ ਦੁੱਖਾਂ ਦੇ ਵਿੱਚ ਅਸੀਂ ਹੋਰ ਪੈ ਗਏ। ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ, ਤੇ ਇੰਟਰਨੈਟ 'ਤੇ ਫੋਟੋਆਂ ਆਉਂਦੀਆਂ ਨੇ,
ਕਿਹੜੀਆਂ ਆਉਂਦੀਆਂ ਨੇ 2013 ਉਹ ਕਹਿੰਦੇ ਨੇ ਕਿ 30% ਅੱਖਾਂ ਬੰਦ ਕਰਕੇ ਵੇਖੋ ਤੁਹਾਨੂੰ ਕੀ ਦਿੱਤਾ। ਆਪਾਂ ਵੇਖਦੇ ਗੁਰੂ ਨਾਨਕ ਦੀ ਫੋਟੋ ਦੇਖੋ, ਗੁਰੂ ਗੋਬਿੰਦ ਸਿੰਘ ਦੀ ਫੋਟੋ ਦੇਖੋ, ਅਸੀਂ ਪੱਥਰਾਂ ਚੋਂ ਗੁਰੂ ਗੋਬਿੰਦ ਸਿੰਘ ਦੇਖੀ ਜਾ ਰਹੇ ਹਾਂ, ਰੁੱਖਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦੇਖੀ ਜਾ ਰਿਹਾ, ਗੁਰੂ ਨਾਨਕ ਦੇਖੀ ਜਾ ਰਹੇ, ਪਰ ਅਸਲੀ ਗੁਰਬਾਣੀ ਉਹਨੂੰ ਅਸੀਂ ਜਾਣਦੇ। ਗੁਰਬਾਣੀ ਪਤਾ ਕੀ ਕਹਿੰਦੀ ਹੈ? ਬਾਣੀ ਕਹਿੰਦੀ ਹੈ ਬਚਨ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ, ਬਾਣੀ ਹੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ। ਤੇ ਗੁਰੂ ਤੋਂ ਬਿਨ ਉਸ ਬਾਣੀ ਤੋਂ ਬਾਹਰ ਹੋ ਗਿਆ ਕਿ ਪੱਥਰਾਂ ਵਿੱਚ ਗੁਰੂ ਨੂੰ ਦੇਖੀ ਜਾਵੇ। ਦੁਬਦਾ ਵਿੱਚ ਜਿੰਨਾ ਅਸੀਂ ਸਾਨੂੰ ਗੁਰੂ ਸਾਹਿਬ ਨੇ ਕਰਿਆ ਸੀ ਉਹਨਾਂ ਹੀ ਦੁਬਦਾ ਵਿੱਚ ਅਸੀਂ ਹੋਰ ਪੈ ਗਏ। ਅਸੀਂ ਸ਼ਬਦ ਵਿੱਚੋਂ ਗੁਰੂ ਨੂੰ ਪਛਾਣਨਾ ਸੀ, ਉਹ ਸ਼ਬਦ ਦੀ ਅਸੀਂ ਟੇਕ ਨਹੀਂ ਲੈਂਦੇ। ਗੁਰੂ ਤੋਂ ਪਿਆਰੇ ਫਰਜ਼ ਪਤਾ ਕੀ ਹੈ? ਜਿਹਨੂੰ ਕਹਿੰਦਾ ਕਿ ਘਰ ਵਿੱਚ ਜਪੀ ਸਾਹਿਬ ਦਾ ਪਾਠ ਕਰਨਾ, ਆਪਾਂ ਕਹਿੰਦੇ ਸਾਨੂੰ ਆਉਂਦਾ ਨਹੀਂ, ਸਾਰੇ ਭਾਗੀ ਹੈ ਆਉਂਦਾ ਨਹੀਂ। ਬੱਚੇ ਨੂੰ ਦੋ ਦਿਨ ਗਾਣਾ ਸੁਣਾ ਦਿਉ ਤੇ ਤੀਜੇ ਦਿਨ ਬੱਚਾ ਸਾਰਾ ਗਾਣਾ ਮੂੰਹ ਜ਼ੋਰ ਨਹੀਂ ਲਾ ਕੇ। ਸਾਡਾ ਵੀ ਉਹੀ ਹਾਲ ਹੈ, ਦੋ ਵਾਰੀ ਗਾਣਾ ਸੁਣਿਆ, ਤੀਜੀ ਵਾਰੀ ਗਾਣਾ ਸਾਨੂੰ ਮੂੰਹ ਜ਼ੋਰ ਨਹੀਂ ਯਾਦ ਨੂੰ ਲਾ ਦਿੱਤਾ ਹੈ। ਤੇ ਗੁਰਮੁਖ ਫਿਰ ਕਿੰਨੇ ਸਾਲ ਹੋ ਕੇ ਅੰਮ੍ਰਿਤ ਵੇਲੇ ਜਪੀ ਸਾਹਿਬ ਦਾ ਪਾਠ ਕਰਦੇ, ਪੰਜ ਬਾਣੀਆਂ ਯਾਦ ਹੋਈਆਂ ਨਹੀਂ, ਕਿਉਂਕਿ ਅਸੀਂ ਯਾਦ ਕਰਨਾ ਚਾਹੁੰਦੇ। ਜਿਹੜੀ ਚੀਜ਼ ਉਹ ਸਾਡਾ ਧਿਆਨ ਹੋ ਗਿਆ ਕਿ ਮੈਂ ਯਾਦ ਕਰਨੀ ਹੈ, ਉਹ ਗਾਣੇ ਦੇ ਬੋਲ ਯਾਦ ਹੋ ਗਏ। ਇਧਰ ਧਿਆਨ ਦਿੱਤਾ ਹੀ ਨਹੀਂ, ਕਰਨੀ ਯਾਦ ਹੋ ਰਿਹਾ ਹੀ। ਗੁਰੂ ਤੋਂ ਪਹਿਲੇ ਸਮਾਂ ਬੀਤਦਾ ਜਾ ਰਿਹਾ, ਗੁਰੂ ਨੇ ਸਾਨੂੰ ਮੌਕਾ ਦਿੱਤਾ ਸੀ, ਉਹ ਮੌਕਾ ਅੱਧਾ ਕੋ ਨਿਕਲ ਚੁੱਕਿਆ, ਥੋੜ੍ਹਾ ਮੌਕਾ ਰਹਿ ਗਿਆ। ਜੇ ਸਮਝੀਏ ਤਾਂ ਗੁਰੂ ਸਾਡੇ ਲਈ ਕੁਝ ਕਰਦੇ, ਜੇ ਉਹ ਮੌਕਾ ਵੀ ਹੱਥੋਂ ਗਿਆ ਤੇ ਗੁਰੂ ਤੋਂ ਪਿਆਰੇ ਉੱਥੇ ਕੁਝ ਨਹੀਂ ਬਣਨਾ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੇ ਸੱਜਣਾ ਕੀਤੀ ਸੀ ਨਾ, ਤੇ ਪਹਾੜੀ ਰਾਜੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਆ ਗਏ ਸੀ ਕਿ ਤੁਸੀਂ ਇਹ ਕੀ ਕੀਤਾ? ਕਹਿਣ ਲੱਗੇ ਜਿਨ੍ਹਾਂ ਦੇ ਘਰਾਂ ਚ ਕਰਦ ਰੱਖਣ ਦੀ ਮਨਾਹੀ ਹੈ, ਕਰਦ ਚੱਕ ਜਿਹਨਾਂ ਨੂੰ ਸਬਜ਼ੀ ਚੀਰਦੇ ਆ, ਜਿਨ੍ਹਾਂ ਦੇ ਘਰਾਂ ਵਿੱਚ ਕਰਦ ਰੱਖਣ ਦੀ ਮਨਾਹੀ ਸੀ, ਅੱਜ ਤੁਸੀਂ ਉਹਨਾਂ ਨੂੰ ਸ਼ਸਤਰ ਧਾਰੀ ਕਰ ਦਿੱਤਾ। ਜਿਹੜੀ ਕਦੀ ਸਾਡੇ ਸਾਹਮਣੋਂ ਅੱਖ ਚੁੱਕ ਕੇ ਨਹੀਂ ਸੀ ਲੰਘਦੇ, ਅੱਜ ਉਹ ਸਾਹਮਣੇ ਸਾਡੇ ਸਾਹਮਣੇ ਘੋੜਿਆਂ ਦੀ ਸਵਾਰੀ ਕਰ ਦਿੱਤੀ। ਜਿਹੜੇ ਕਦੀ ਬਾਣੀ ਪੜ੍ਹ ਨਹੀਂ ਸਕਦੇ ਸੀ, ਪਰਮਾਤਮਾ ਦਾ ਨਾਮ ਸੁਣ ਨਹੀਂ ਸੀ ਸਕਦੇ, ਅਸੀਂ ਕਦੇ ਸੁਣ ਨਹੀਂ ਸੀ ਦਿੱਤਾ, ਤੁਸੀਂ ਉਹਨਾਂ ਨੂੰ ਲਗਾ ਦਿਓ ਜਾਓਗੇ ਸੱਖਾਂ ਤੇ, ਇਹ ਸਾਨੂੰ ਮਨਜ਼ੂਰ ਨਹੀਂ। ਕਹਿਣ ਲੱਗੇ ਜੇ ਤੁਸੀਂ ਮੁੰਡੇ ਸਿੱਖ ਪੈਦਾ ਕਰਦੇ ਹੋ, ਸਾਨੂੰ ਇਹ ਇਜਾਜ਼ਤ ਦੇ ਦਿਓ ਕਿ ਅਸੀਂ ਕੇਸ ਕਟਵਾ ਸਕਦੇ ਹਾਂ, ਅਸੀਂ ਸ਼ਰਾਬਾਂ ਪੀ ਸਕਦੇ ਹਾਂ, ਮਾਸ ਮੱਛੀ ਖਾ ਸਕਦੇ ਹਾਂ, ਫਿਰ ਸਾਨੂੰ ਤੁਹਾਡੀ ਸਿੱਖੀ ਮਨਜ਼ੂਰ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਬਿਲਕੁਲ, ਸਾਡੀ ਸਿੱਖੀ, ਸਾਡਾ ਜਿਹੜਾ ਨਿਆਰਾ ਸਰੂਪ ਪਰਮੇਸ਼ਰ ਦਾ ਬਣਾਇਆ ਹੋਇਆ ਇਹ ਸਥਾਪਤ ਸਰੂਪ ਹੋ ਗਏ। ਗੁਰੂ ਤੋਂ ਪਿਆਰੋ ਵਿਸਾਖੀ ਵਾਲੇ ਦਿਨ ਸਿੱਖ ਦਸਤਾਰ ਦਿਵਸ ਵੀ ਹੈ। ਪਹਿਲਾਂ ਸਿੱਖ ਦਸਤਾਰ ਦਿਵਸ ਸਭ ਤੋਂ ਪਹਿਲੀ
ਵਿਸਾਖੀ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਮਨਾਈ ਸਭ ਤੋਂ ਪਹਿਲਾਂ ਇਹ ਵਿਸਾਖੀ ਵਾਲੇ ਦਿਨ ਸਿੱਖ ਦਸਤਾਰ ਦਿਵਸ, ਦੂਸਰਾ ਨੰਬਰ ਵਿਸਾਖੀ ਸਭ ਤੋਂ ਪਹਿਲਾਂ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਮਨਾਈ, ਤੇ ਤੀਸਰਾ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਦਿਵਸ, ਚੌਥਾ ਜਲਿਆਂਵਾਲਾ ਜਿਹੜਾ ਬਾਗ ਹੈ ਉੱਥੇ ਜੋ ਜਨਰਲ ਡਾਇਰ ਨੇ ਅਨੇਕਾਂ ਸਿੱਖ ਸ਼ਹੀਦ ਕੀਤੇ ਸੀ ਗੋਲੀਆਂ ਮਾਰ, ਜਿਹਦੇ ਵਿੱਚ ਤਕਰੀਬਨ 20,000 ਤੋਂ ਵੱਧ ਨੌਜਵਾਨ ਬੱਚੇ ਬਜ਼ੁਰਗ ਬੇਬੀਆਂ ਸ਼ਹੀਦ ਹੋ ਗਏ। ਚੌਥਾ ਤੇ ਪੰਜਵਾਂ ਜਿਹੜਾ ਮੇਨ ਹੈ ਸਾਨੂੰ ਪਤਾ ਹੀ ਨਹੀਂ, ਅੱਜ ਵੀ ਸਾਡੇ ਕੋਲ ਹੈ ਸਾਨੂੰ ਪਤਾ ਹੀ ਨਹੀਂ, ਬੀਬੀ ਰਜਨੀ ਦੀ ਸਾਖੀ ਸੁਣੀ ਹੈ ਕਿਸੇ ਨੇ? ਬੀਬੀ ਰਜਨੀ ਜਿਹਦਾ ਪਿੰਗਲੇ ਦੇ ਨਾਲ ਵਿਆਹ ਹੋ ਗਿਆ ਸੀ, ਉਹਦੇ ਪਿਤਾ ਨੇ ਬੀਬੀ ਰਜਨੀ ਦਾ ਵਿਆਹ ਪਿੰਗਲੇ ਨਾਲ ਕੀਤਾ ਸੀ, ਤੇ ਫਿਰ ਘਰ ਘਰ ਮੰਗਣ ਵਾਸਤੇ ਤੋਰਦਾ ਸੀ ਕਿ ਤੂੰ ਘਰ ਘਰ ਮੰਗੇ, ਤੇ ਉਹਦੇ ਪਤੀ ਨੇ ਜਿੱਥੇ ਇਸ਼ਨਾਨ ਕੀਤਾ ਸੀ ਉਹ ਮੇਰੀ ਜਿਹੜੀ ਦੁੱਖ ਭਜਨੀ ਮੇਰੀ ਜੋ ਅੱਜ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਭ ਤੋਂ ਜੋ ਪਹਿਲਾਂ ਇਸ਼ਨਾਨ ਕੀਤਾ ਸੀ ਬੀਬੀ ਰਜਨੀ ਦੇ ਪਤੀ ਨੇ, ਪਿੰਗਲੇ ਪਤੀ ਨੇ ਦੁੱਖ ਭਜਨੀ ਮੇਰੀ ਤੇ ਇਸ਼ਨਾਨ ਕੀਤਾ ਸੀ ਨਾ ਉਹ ਵਿਸਾਖੀ ਵਾਲਾ ਦੇ। ਇਹ ਪੰਜ ਮੇਨ ਇਤਿਹਾਸ ਦੇ ਸਾਨੂੰ ਪਤਾ ਹੈ, ਗੁਰੂ ਤੋਂ ਪਹਿਲਾਂ ਸਾਡੀ ਸਿੱਖਾਂ ਦੀ ਦੇਣ ਬਹੁਤ ਹੈ, ਅਸੀਂ ਮਜ਼ਹਬੀ ਸਿੱਖ ਗੁਰੂ ਤੋਂ ਪਹਿਲਾਂ ਸਾਡੀ ਦੇਣ ਬਹੁਤ ਹੈ। ਬਾਬਾ ਦੀਪ ਸਿੰਘ ਜੀ ਕੌਣ ਸਨ? ਮਜ਼ਹਬੀ ਸਾਨੂੰ ਨਹੀਂ ਪਤਾ, 70 ਸਾਲ ਦਾ ਵਾਧਾ 18 ਸੇਬ ਦਾ ਖੰਡਾ ਖੁੱਲਾ ਜਾ ਰਿਹਾ ਹੈ, ਕੌਣ ਸੀ ਮਜ਼ਹਬੀ ਸਿੱਖ? ਗੁਰੂ ਤੋਂ ਪਹਿਲਾਂ ਗੱਲ ਇਹ ਹੀ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਹੋਏ, ਜਦੋਂ ਇਤਿਹਾਸ ਤੋਂ ਜਾਣੂ ਹੋਵਾਂਗੇ ਨਾ ਫਿਰ ਸਾਡੇ ਬੱਚਿਆਂ ਵਿੱਚ ਇਹ ਉਤਸ਼ਾਹ ਪੈਦਾ ਹੋਊਗਾ ਕਿ ਮੈਂ ਵੀ ਆਪਣੇ ਗੁਰੂ ਦੇ ਜੀਵਨ ਤੋਂ ਜਾਣੂ ਹੋਵਾਂ। ਬਾਬਾ ਜੀਵਨ ਸਿੰਘ ਜੀ ਕੌਣ ਸੀ? ਬਹੁਤ ਜ਼ਿਆਦਾ ਨੂੰ ਨਹੀਂ ਪਤਾ, ਉਹਨਾਂ ਦਾ ਜਨਮ ਕਿੱਥੇ ਹੋਇਆ, ਉਹਨਾਂ ਦੇ ਮਾਤਾ ਪਿਤਾ ਕੌਣ ਸੀ, ਬਚਪਨ ਵਿੱਚ ਕੀ ਕਰਦੇ ਸੀ ਨਹੀਂ ਪਤਾ, ਅਸੀਂ ਉਹਨਾਂ ਦੇ ਵਾਰਸ ਹਾਂ ਪਰ ਸਾਨੂੰ ਪਤਾ ਹੋਇਆ ਨਹੀਂ। ਲੋਕੋ ਪਿਆਰ ਇਹੀ ਗੱਲਾਂ, ਜੇ ਅਸੀਂ ਆਪਣੇ ਆਪ ਨੂੰ ਸਿੱਖ ਦਿਖਾਉਣੇ ਆ ਨਾ ਕਿ ਮੈਂ ਸਿੱਖ ਹਾਂ, ਪਰ ਤੂੰ ਇਹ ਗੱਲ ਦਾ ਜਵਾਬ ਦੇ ਕਿ ਅੱਜ ਤੱਕ ਤੂੰ ਸਿੱਖਿਆ ਨਹੀਂ, ਤੂੰ ਕਹਿੰਦਾ ਮੈਂ ਗੁਰੂ ਘਰੇ ਹੋਣਾ ਮੈਂ ਸਿੱਖ ਹਾਂ, ਤੇ ਮੈਂ 15 ਸਾਲ ਤੋਂ ਆ ਰਿਹਾ, ਤੂੰ ਕਹਿੰਦਾ ਮੈਂ 25 ਸਾਲ ਤੋਂ ਆ ਰਿਹਾ, ਤੂੰ ਕਹਿੰਦਾ ਮੈਂ 50 ਸਾਲ ਤੋਂ ਲਗਾਤਾਰ ਬਿਨਾਂ ਨਾਕੇ ਤੋਂ ਗੁਰੂ ਘਰੇ ਆ ਰਿਹਾ, ਕਣਕੇ ਮੈਂ ਰੋਜ਼ ਝਾੜੂ ਮਾਰਦਾ ਪੋਚੇ ਲਾਉਂਦਾ ਗੁਰੂ ਘਰੇ, ਮੈਂ ਤੇ ਨਹੀਂ ਨਹੀਂ ਵੇਖਦਾ ਮੈਂ ਗੁਰੂ ਘਰੇ ਰੋਜ਼ ਆਉਂਦਾ, ਪਰ ਸਿੱਖਿਆ ਕੀ? ਔਰਾਂ ਕੋਲੋਂ ਮੰਨਿਆ ਨਾਗਰ ਕੋਈ ਨਹੀਂ ਮੰਨਿਆ, ਪਰ ਸਿੱਖਿਆ ਕੀ? ਸਿੱਖਿਆ ਗਿਆ ਪਹਿਲੀਆਂ 5 ਬੜੀਆਂ ਯਾਦ ਹੋਈਆਂ ਨਹੀਂ ਹੋਈਆਂ, ਮੂਲ ਮੰਤਰ ਯਾਦ ਹੈ ਯਾਦ ਹੈ ਪਰ ਉਹਦੇ ਵਿੱਚੋਂ ਵੀ ਗਲਤੀਆਂ ਨੇ, ਜਦੋਂ ਤੋਂ ਜਨਮ ਪੈਦਾ ਹੋਇਆ ਕੋਈ ਪੈਦਾ ਹੋਇਆ, ਜਿੰਨੀ ਦੇਰ ਅਸੀਂ ਗੁਰਬਾਣੀ ਦੇ ਨਾਲ ਨਹੀਂ ਜੁੜਦੇ, ਗੁਰੂ ਸਾਹਿਬ ਜੀ ਕਹਿੰਦੇ ਪਾਤਸ਼ਾਹ ਜੀ ਪਤਾ ਕੀ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਕਹਿੰਦੇ ਨੇ ਆਵੋ, ਇਹ ਤਾਂ ਨਹੀਂ ਕਿਹਾ ਕਿ ਜਾਓ ਭਾਈ, ਉਹ ਕਹਿੰਦੇ ਆ ਜਾਓ ਭਾਈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ
ਤੇ ਗੁਰੂ ਤੋਂ ਪਿਆਰੇ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸੁਰਬਾਣੀ ਬਾਣੀਆਂ ਸੁਰਬਾਣੀ ਜੋ ਭਾਵ ਕਿ ਸਭ ਤੋਂ ਉੱਤਮ ਬਾਣੀ ਹੈ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ ਇਹਨੂੰ ਗਾਵੋ ਇਹਨੂੰ ਪੜ੍ਹੋ ਇਹਨੂੰ ਮੰਨੋ ਤਾਂ ਹੀ ਜੀਵਨ ਸਫਲਾ ਨਹੀਂ ਤੇ ਗੁਰੂ ਤੋਂ ਪਿਆਰੇ ਜੋ ਜੀਵਨ ਮਿਲਿਆ ਸੀ ਨਾ ਉਹਦੀ ਡੋਰ ਛੇਤੀ ਟੁੱਟ ਜਾਣੀ ਤੇ ਪਤਾ ਨਹੀਂ ਲੱਗਣਾ ਕਦੋਂ ਟੁੱਟ ਜਾਣੀ ਅਸੀਂ ਸੁਣਦੇ ਹਾਂ ਨਾ ਕਿ ਫਲਾਣਾ ਵੀ ਚੜ੍ਹਾਈ ਕਰ ਗਿਆ ਪਤਾ ਹੀ ਨਹੀਂ ਲੱਗੇ ਚੰਗਾ ਭਲਾ ਸੀ ਕੋਈ ਬਿਮਾਰੀ ਨਹੀਂ ਸੀ ਪਤਾ ਨਹੀਂ ਕੀ ਗੱਲ ਹੋ ਗਈ ਪਰ ਜੈ ਇੱਕ ਦਿਨ ਸਾਡੇ ਨਾਲ ਪਹੁੰਚੀ ਕਹਿੰਦੇ ਚੰਗਾ ਹੀ ਭਲਾ ਸੀ ਬਾਬਾ ਜੀ ਮੱਥਾ ਕਰਕੇ ਕਹਿੰਦੇ ਜੀ ਕਦੇ ਵੀ ਨਹੀਂ ਪਹੁੰਚੇ ਤੈ ਸੁਣੇ ਮਿਲ ਰਹੇ ਹੁੰਦੇ ਸਵਾਮ ਦਾ ਕੋਈ ਪਤਾ ਨਹੀਂ ਜਦੋਂ ਆਵੇ ਤੇ ਆਖਰੀ ਜਾ ਕੇ ਪਰਮੇਸ਼ਰ ਦਾ ਨਾਮ ਲਓ ਵਾਹ ਜੋ ਵਾਹ ਜੋ ਵਾਹ ਜੋ ਤੋਂ ਪਿਆਰੇ ਇਹ ਪਰਮੇਸ਼ਰ ਨੇ ਸਾਨੂੰ ਪਵਿੱਤਰ ਨਾਮ ਦਿੱਤਾ ਹੈ ਜੇ ਅਸੀਂ ਬਾਣੀ ਨਹੀਂ ਪੜ੍ਹ ਸਕਦੇ ਫਿਰ ਉਹ ਅਨਪੜ੍ਹ ਪੁਰਾਣੇ ਸਮੇਂ ਦੇ ਜਿਹੜੇ ਬਜ਼ੁਰਗ ਜਿਹੜੇ ਉਰਦੂ ਪੜ੍ਹੇ ਸੀ ਉਹਨਾਂ ਨੂੰ ਗੁਰਮੁਖੀ ਨਹੀਂ ਆਉਂਦੀ ਆਪਾਂ ਮੰਨਦੇ ਹਾਂ ਕਿ ਚਲੋ ਨਹੀਂ ਆਉਂਦੀ ਕੋਈ ਗੱਲ ਪਰ ਜਿਹੜੇ ਅੱਜ ਕੱਲ੍ਹ ਦੇ ਬੱਚੇ ਨੌਜਵਾਨ ਨੇ ਜਿਹੜੇ ਸਕੂਲ ਨਹੀਂ ਜਾਂਦੇ ਨੇ ਉਹਨਾਂ ਨੂੰ ਤੇ ਬਾਣੀ ਪੜ੍ਹਨੀ ਆਉਣੀ ਚਾਹੀਦੀ ਹੈ ਜੇ ਮੇਰਾ ਬੱਚਾ ਪੰਜਵੀਂ 'ਚ ਪੜ੍ਹਦਾ ਪੰਜਾਬੀ 'ਚ ਪੜ੍ਹਦੇ ਨਾ ਫਿਰ ਵੀ ਉਹ ਜਪਜੀ ਸਾਹਿਬ ਦੀ ਪਹਿਲੀ ਪੌੜੀ ਨਹੀਂ ਆਉਂਦੀ ਫਿਰ ਸਾਡੇ ਵਾਸਤੇ ਬਾਣੀ ਗੁਰਮੁਖੋ ਚਾਹੇ ਕਈ ਵਾਰੀ ਇਹ ਸਵਾਲ ਕਰਦੇ ਨੇ ਕਿ ਬਾਬਾ ਜੀ ਅਸੀਂ ਬੜੇ ਗੁਰੂ ਘਰੇ ਜਾਂਦੇ ਹਾਂ ਬੜੀ ਸੇਵਾ ਕਰਦੇ ਹਾਂ ਪਾਠ ਵੀ ਕਰਦੇ ਹਾਂ ਪਰ ਘਰ ਵਿੱਚੋਂ ਦੁੱਖ ਨਹੀਂ ਜਾਂਦੇ ਲੜਾਈ ਝਗੜਾ ਕਲੇਸ਼ ਜਾਂਦਾ ਨਹੀਂ ਪਰ ਭਲਿਆ ਇੱਕ ਗੱਲ ਯਾਦ ਰੱਖੀ ਜੇ ਤੇਰੇ ਘਰ ਵਿੱਚ ਲੜਾਈ ਦੁੱਖ ਕਲੇਸ਼ ਹੈ ਤਾਂ ਸਮਝ ਲਾ ਕਿ ਉਹਦੇ ਬਰਾਬਰ ਦੇ ਤੇਰੇ ਕੋਲ ਬਾਣੀ ਨਹੀਂ ਜੇ ਦੁੱਖ ਜ਼ਿਆਦਾ ਨੇ ਤੂੰ ਬਾਣੀ ਵੱਧ ਪਾ ਜੇ ਅੱਜ ਜਪਜੀਤ ਸਾਹਿਬ ਜੇ ਕਰਦਾ ਤੂੰ ਦੋ ਕਰਦੇ ਜੇ ਤੂੰ ਦੋ ਕਰਦਾ ਤੂੰ ਤਿੰਨ ਪਾਠ ਕਰਦੇ ਦੁੱਖਾਂ ਦੇ ਬਦਲੇ ਤੇਰੀ ਬਾਣੀ ਜ਼ਿਆਦਾ ਹੋ ਜਾਵੇ ਦੁੱਖ ਮਹਿਸੂਸ ਨਹੀਂ ਹੋਵੇ ਜੇ ਸਾਡੇ ਕੋਲ ਦੁੱਖ ਜ਼ਿਆਦਾ ਨੇ ਸਮਝ ਲਓ ਬਾਣੀ ਘੱਟ ਹੈ ਸਿਮਰਨ ਘੱਟ ਹੈ ਨਾਮ ਘੱਟ ਹੈ ਦੁੱਖ ਜ਼ਿਆਦਾ ਦੁੱਖ ਆਪਣੇ ਆਪ ਘੱਟ ਜਾਣਗੇ ਜਦੋਂ ਬਾਣੀ ਵੱਧ ਹੋਵੇ ਸਿਮਰਨ ਵੱਧ ਹੋਵੇ ਤੇ ਗੁਰੂ ਕੋਲ ਪਿਆਰੇ ਉਹ ਕਿਵੇਂ ਹੋਵੇਗਾ ਜਦੋਂ ਅਸੀਂ ਗੁਰੂ ਦੇ ਬਚਨਾਂ ਤੇ ਪੈਰ ਲਾਏ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਮੈਂ ਹਰੇਕ ਬੰਦੇ ਨੂੰ ਆਪਣੇ ਆਪ ਦਾ ਪਤਾ ਹੁੰਦਾ ਕਿ ਮੈਂ ਕਿੰਨੇ ਕੁ ਬਾਣੀ ਮੈਂ ਕਿੰਨੀ ਕੁ ਸੇਵਾ ਕਰਦਾ ਕਿੰਨਾ ਕੁ ਮੈਂ ਚੰਗਾ ਸਭ ਨੂੰ ਪਤਾ ਹੁੰਦਾ ਫਿਰ ਵੀ ਅਸੀਂ ਅਣਜਾਣ ਬਣਦੇ ਗੁਰੂ ਦੇ ਪਿਆਰੇ ਗੁਰਬਾਣੀ ਵਿੱਚ ਮਨੋਂ ਸੁਣਦਾ ਤਾਲੀਆਂ ਜੇ ਮਨ ਸਾਡਾ ਕਾਲਾ ਹੈ ਤੇ ਅਸੀਂ ਬਾਹਰੋਂ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕਰ ਲਈਏ ਜਿੰਨੇ ਮਰਜ਼ੀ ਸੋਹਣੇ ਕੱਪੜੇ ਪਾ ਲਈਏ ਪਰ ਉਹ ਸੋਹਣੇ ਕੱਪੜੇ ਪਾਉਣ ਦੇ ਨਾਲ ਅੰਦਰ ਤੋਂ ਨਹੀਂ ਪਵਿੱਤਰ ਉਹ ਅੰਦਰ ਪਵਿੱਤਰ ਹੋਵੇਗਾ ਗੁਰੂ ਦੇ ਸ਼ਬਦ ਦੇ ਨਾਲ ਗੁਰਬਾਣੀ ਦੇ ਨਾਲ ਆਓ ਗੁਰੂ ਨੂੰ ਪਿਆਰੇ ਥੋੜ੍ਹੀ ਦੇਰ ਆਪਾਂ ਸਿਮਰਨ ਕਰੀਏ ਵਾਹਿਗੁਰੂ 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 ਵਾਹਿਗੁਰੂ।
ਆਪਾਂ ਨਹੀਂ ਸਮਝ ਸਕਦੇ। ਬਾਹਰ ਕਿਸੇ ਨੇ ਨਹੀਂ ਆਉਣਾ ਸਮਝਾਉਣ, ਆਪ ਨਹੀਂ ਸਮਝਣਾ। ਗੁਰੂ ਤੋਂ ਪਹਿਲਾਂ ਤੀਸਰੇ ਪਾਤਸ਼ਾਹ ਜੀ ਮਹਾਰਾਜ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਤੋਂ ਪਿਆਰੋ ਦੇ ਆਪਣੇ ਪੁਰਖ ਦੇ ਘਰ ਬਹਿ ਕੇ ਸੇਵਾ ਕਰਦੇ ਨੇ ਜੀਵਨ ਬਣ ਕੇ ਵਿੱਚ। ਔਰ ਸਭ ਤੋਂ ਪਹਿਲਾਂ ਜਿਹੜੀ ਹੋਇਆ ਕਹਿੰਦੇ ਪੁਰਖ ਦੇ ਘਰ ਪੁਰਖ ਜਾ ਕੇ ਝਾੜਨ ਵਾਲੇ ਪੋਚੇ ਵਾਲੇ ਪਾਣੀ ਢੋਵੇ ਹੋਇਆ ਕੀ? ਸਿੱਖ ਇਤਿਹਾਸ ਦੇ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀਵਨ ਪੜ੍ਹ ਕੇ ਦੇਖਿਓ ਪੁਰਖ ਦੇ ਘਰ ਜਾ ਕੇ ਸੇਵਾ ਕਰਦੇ। ਸੇਵਾ ਜੀਵਨ ਐਸੀ ਨੀਵੇ ਹੋਊਗੀ ਪੁਰਖ ਵਾਲੇ ਨਹੀਂ ਕਿ ਮੈਂ ਤਾਂ ਸੇਵਾ ਕਰ। ਤੁਸੀਂ ਗੁਰੂ ਹੋ, ਗੁਰੂ ਨਹੀਂ ਕਿਹਾ ਗੁਰੂ ਹੋ ਪਰ ਮਾਫ ਕਰਨਾ ਅੱਜ ਸਾਡੇ ਘਰੇ ਸਿੰਘ ਪੜ ਦਾ ਗੁਰੂ ਹੋਵੇ। ਜੇ ਅਸੀਂ ਆਪਣੇ ਘਰੇ ਸੁਖਮਨੀ ਸਾਹਿਬ ਵੀ ਕਰਵਾਇਆ ਸਹਿਜ ਪਾਠ ਦਾ ਭੋਗ ਵੀ ਹੈ ਤਾਂ ਮੇਰੇ ਵਰਗੇ ਨੇ ਚਿੱਟੇ ਕੱਪੜੇ ਪਾਏ ਹੋਣਗੇ ਭਾਈ ਸਾਡੇ ਉੱਤੇ ਮੈਂ ਨਹੀਂ ਵਿਛਾਵਾਂ। ਬਾਹਰੋਂ ਚਾਰ ਬੰਦੇ ਕਰ ਮੈਂ ਕਦੇ ਵਿਛਾਵਾਂਗੇ ਕੱਪੜੇ ਮੇਰੇ ਹੋ ਜਾਣਗੇ। ਮੈਂ ਹਲਵਾਈ ਦਾ ਕੰਮ ਕਰਾਂਗਾ ਕੱਪੜੇ ਖਰਾਬ ਹੋ ਜਾਣਗੇ। ਪਰ ਗੁਰੂ ਤੋਂ ਪਿਆਰੇ ਦੂਸਰੇ ਪਾਤਸ਼ਾਹ ਜੀ ਮਹਾਰਾਜ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਧਾਨ ਦੀ ਪੰਡ ਚਕਾ ਦਿੱਤੀ। ਧਾਨ ਪਤਾ ਕਿਉਂ ਕਹਿੰਦੇ ਨੇ? ਜਦੋਂ ਝੋਨਾ ਬੀਜੇ ਨੇ ਨਾ ਤੇ ਝੋਨੇ ਦੇ ਵਿੱਚੋਂ ਜਿਹੜਾ ਵਿਅਰਥ ਜਿਹੜਾ ਖਾਲੀ ਬੂਟਾ ਹੁੰਦਾ ਜਿਹਨੂੰ ਕਹਿੰਦੇ ਕਿ ਫਾਲਤੂ ਬੂਟਾ ਉਹਨੂੰ ਕੱਢ ਕੇ ਬਾਹਰ ਸੁੱਟ ਦਿੰਦੇ ਨੇ। ਜੇ ਉਹ ਧਾਨ ਦੀ ਪੰਡ ਬੰਨੀ ਸੀ ਤੇ ਇੱਧਰੋਂ ਦੂਸਰੇ ਪਾਤਸ਼ਾਹ ਜੀ ਮਹਾਰਾਜ ਘਰੋਂ ਗਏ ਸੀ ਨੰਦ ਮਾਤੇ ਗੁਰੂ ਨਾਨਕ ਸਾਹਿਬ ਤੇ ਗੁਰੂ ਸਾਹਿਬ ਜੀ ਫਿਰ ਆਲਾ ਭਾਈ ਚੱਕ ਪੰਡ ਚਿੱਟੇ ਕੱਪੜੇ ਪਾਏ ਸੀ ਤੇ ਗੁਰੂ ਸਾਹਿਬ ਨੇ ਪੰਡ ਸਿਰ ਤੇ ਰੱਖਾ ਦਿੱਤੀ ਸਾਰਾ ਜਿਹੜਾ ਗਾਰਾ ਸੀ ਕੱਪੜਿਆਂ ਸਿਰ ਤੇ। ਇਸ ਕਰਕੇ ਪੁਰਖਾਂ ਕਰਦੇ ਗ੍ਰਿਹ ਕਿਉਂਕਿ ਨੀਵਾਂ ਪਾ ਸੀ ਅੰਦਰ ਇਹ ਵੀ ਸੀ ਮੈਂ ਚਿੱਟੇ ਕੱਪੜੇ ਪਾਏ ਪਹਿਲੇ ਜਾਣ ਕੇ ਖਰਾਬ ਹੋ ਨੀਵਾਂਪਣ ਗੁਰਤਾ ਗੰਦੀ ਲੈ ਕੇ। ਤੀਸਰੇ ਪਾਤਸ਼ਾਹ ਜੀ ਮਹਾਰਾਜ ਨੇ ਸੇਵਾ ਕੀਤੀ ਸੇਵਾ ਕਰਕੇ ਗੁਰਤਾ ਗੰਦੀ ਲੈ ਕੇ। ਚੌਥੇ ਪਾਤਸ਼ਾਹ ਜੀ ਮਹਾਰਾਜ ਵਿੱਚ ਨਿਮਰਤਾ ਹੋ ਗੁਰਤਾ ਗੰਦੀ ਲੈ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਭਰਾ ਵੀ ਸੀ ਵੱਡੇ ਪੱਖੀ ਚੰਦ ਬੜਾ ਜ਼ੋਰ ਪਾਇਆ ਕਿ ਗੁਰਤਾ ਗੰਦੀ ਮਰ ਜਾਵੇ ਪਰ ਨਹੀਂ ਮਰੇ ਕਿਉਂਕਿ ਗੁਰੂ ਸਾਹਿਬ ਜੀ ਜਿਹੜੇ ਸਿੱਧਗੀ ਸੀ ਨਿਮਰਤਾ ਵਾਲੇ ਸਨ ਜਿਹੜੇ ਸੂਝਵਾਨ ਸਨ ਜਿਹੜੇ ਬਾਣੀ ਦੇ ਮੋਹਿਤ ਸੀ ਉਹਨਾਂ ਨੂੰ ਗੁਰਤਾ ਗੰਦੀ ਪੰਜਵੇਂ ਪਾਤਸ਼ਾਹ ਜੀ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਉਹਨਾਂ ਦੇ ਸਪੁੱਤਰ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਤੇ ਸੱਤਵੇਂ ਪਾਤਸ਼ਾਹ ਜੀ ਗੁਰੂ ਤੋਂ ਪਹਿਲਾਂ ਇਸ ਤਰ੍ਹਾਂ ਇਤਿਹਾਸ ਤੋਂ ਜਾਣੂ ਹੋਵਾਂਗੇ ਕਿੰਨੀ ਕੁ ਸੇਵਾ ਕੀਤੀ ਸਾਡੇ ਗੁਰੂ ਸਾਹਿਬਾਨਾਂ ਨੇ ਆਪ। ਅੱਜ ਜੇ ਕਿਸੇ ਘਰੇ ਮਹਾਰਾਜ ਦਾ ਸਰੂਪ ਲੈ ਕੇ ਜਾਣਾ ਹੋਵੇ ਨਾ ਤੇ ਅਸੀਂ ਜੋੜੇ ਪਾ ਕੇ ਤੁਰ ਪੈਣੀਆਂ ਚੱਪਲਾਂ ਪਾ ਕੇ ਤੁਰ ਪੈਣੀਆਂ ਕਿ ਪੈਰ ਮੱਚਦੇ ਵੀ ਗਰਮੀ ਹੁੰਦੀ ਹੈ ਜਾਂ ਕੰਨ ਹੋ ਤਾਂ ਪੈਰ ਖੜਨਗੇ ਜੋੜੇ ਪਾ ਕੇ। ਪਰ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜਿਸ ਵੇਲੇ ਮੋਹਨ ਜੀ ਤੋਂ ਪੋਥੀ ਸਾਹਿਬ ਲੈਣ ਗਏ ਸੀ ਤੇ ਉਸ ਵੇਲੇ ਗੁਰੂ ਤੋਂ ਪਹਿਲਾਂ ਜਦੋਂ ਪੋਥੀ ਸਾਹਿਬ ਲੈ ਕੇ ਆ ਰਹੇ ਸੀ ਤੇ ਆਪ ਨੰਗੇ ਪੈਰ ਗੁਰੂ ਸਾਹਿਬ ਜੀ ਪੋਥੀ ਸਾਹਿਬ ਲੈ ਕੇ ਆ ਰਹੇ ਸੀ ਅਸੀਂ ਉਹਨਾਂ ਨੂੰ ਵੀ ਵੱਡੇ ਪਾਉਣ ਦੀ ਕੋਸ਼ਿਸ਼ ਕਰਨੀ ਅਸੀਂ ਜੋੜੇ ਪਾ ਲਈਏ ਇਹ ਗੁਰੂ
ਘਰ ਨੂੰ ਤੇ ਗੁਰੂ ਨੂੰ ਕਦੇ ਵੀ ਪ੍ਰਵਾਨ ਨਹੀਂ। ਜਿਹੜਾ ਸਿੱਖੀ ਸਿਧਾਂਤ ਤੋਂ ਬਾਹਰ ਹੋਵੇਗਾ ਉਹ ਗੁਰੂ ਨੂੰ ਕਦੇ ਵੀ ਪ੍ਰਵਾਨ ਨਹੀਂ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਤਾ ਕੀ ਕਿਹਾ, ਰਹਿ ਨਹੀਂ ਰਹੇ ਸੁਣੇ ਸਿੱਖ ਹੋਵੇਗਾ। ਜਿਹੜਾ ਰਹਿਤ ਵਿੱਚ ਰਹਿਣੀ ਵਿੱਚ ਪੂਰਾ ਹੋਵੇਗਾ ਉਹੀ ਸਿੱਖ ਮੇਰਾ ਹੋਵੇਗਾ। ਮੰਨਿਆ ਕਿ ਤੂੰ ਸੋਹਣੀ ਦਸਤਾਰ ਸਜਾਈ, ਮੰਨਿਆ ਕਿ ਤੂੰ ਸੋਹਣੇ ਵਸਤਰ ਪਾਏ, ਹੱਥ ਵਿੱਚ ਸ੍ਰੀ ਸਾਹਿਬ ਵੀ ਫੜਿਆ, ਪਰ ਜੇ ਤੇਰੇ ਅੰਦਰ ਖੋਟ ਹੈ ਨਾ, ਤੇਰੇ ਅੰਦਰ ਝੂਠ ਹੈ ਫਰੇਬ ਹੈ, ਤੇ ਤੂੰ ਮੇਰਾ ਸਿੱਖ ਨਹੀਂ। ਪਰ ਅੱਜ ਕੱਲ੍ਹ ਅਸੀਂ ਗੁਰਮੁਖ ਕਰੇ ਈਰਖਾ ਨਹੀਂ ਛੱਡਦੇ, ਅੰਦਰੋਂ ਲੋਭ ਜਾਂਦਾ ਨਹੀਂ ਤੇ ਮੋਹ, ਉਹ ਸਾਰੀ ਉਮਰ ਨਹੀਂ ਮਰਦਾ ਗੁਰਮੁਖ ਪਿਆ, ਮੋਹ ਸਾਰੀ ਉਮਰ ਨਹੀਂ ਮਰਦਾ। ਬੰਦਾ ਕਹਿੰਦਾ ਕਿ ਅੱਜ ਮੌਤ ਨਾ ਆਵੇ, ਕੱਲ੍ਹ ਵੀ ਨਾ ਆਵੇ, ਜੇ 70 ਸਾਲ ਦਾ ਹੋ ਗਿਆ ਮੰਜੇ ਤੇ ਪਿਆ ਵੀ ਕਹਿੰਦਾ ਕਿ ਅਜੇ ਨਾ ਆਵੇ, ਅਜੇ ਵੀ ਜੇ ਸਰੀਰ ਕਿਤੇ ਤੰਦਰੁਸਤੀ ਹੋ ਜਾਵੇ ਤੇ 4 ਦਿਨ ਹੋਰ ਜੀ ਲਈਏ। ਪਰ ਇਹ ਨਹੀਂ ਕਹਿੰਦਾ ਕਿ ਅੱਜ ਮੈਂ ਜਪਜੀ ਸਾਹਿਬ ਦੀ ਬਾਣੀ ਪੜ੍ਹੀਏ, ਕੱਲ੍ਹ ਨੂੰ ਮੈਂ ਨਾਲ ਇੱਕ ਹੋਰ ਸ਼ਬਦ ਪੜ੍ਹ ਕੇ ਲਿਖ ਲਵਾਂ, ਇੱਧਰ ਧਿਆਨ ਨਹੀਂ ਲੱਗਦਾ। ਅੱਜ ਮੈਂ 5 ਬਾਣੀਆਂ ਦਾ ਪਾਠ ਕੀਤਾ ਤੇ ਅੱਜ ਮੈਂ ਕਿਤੇ ਨਾਲ ਸ਼ਬਦ ਹਜ਼ਾਰੇ ਵੀ ਪੜ੍ਹ ਕੇ ਲਿਖ ਲਵਾਂ, ਇੱਧਰ ਧਿਆਨ ਨਹੀਂ ਲੱਗਦਾ। ਗੁਰੂ ਤੋਂ ਪਿਆਰੇ 5ਵੇਂ ਪਾਤਸ਼ਾਹ ਜੀ ਮਹਾਰਾਜ, ਇਹਨਾਂ ਦੇ ਤਾਏ ਦੇ ਪੁੱਤਰ ਦਾ ਵਿਆਹ ਸੀ ਤੇ ਇਹ ਜਦੋਂ ਅੰਮ੍ਰਿਤਸਰ ਆਏ ਨਾ ਤੇ 4ਵੇਂ ਪਾਤਸ਼ਾਹ ਜੀ ਕਹਿਣ ਲੱਗੇ ਕਿ ਸਾਡੇ ਪੁੱਤਰ ਦਾ ਵਿਆਹ, ਤੁਸੀਂ ਚੱਲੋ ਨਾਲ ਤੇ ਜਾ ਕਰਕੇ ਸਾਰੇ ਕਾਰਜ ਤੁਸੀਂ ਆਪ ਸੰਭਾਲੋ। ਇਸ ਤਰ੍ਹਾਂ ਅਸੀਂ ਆਪਣੇ ਵੱਡੇ ਭਰਾ ਨੂੰ ਕਹਿ ਦਿੰਦੇ ਹਾਂ ਕਿ ਭਾਈ ਸਾਰਾ ਕਾਰਜ ਤੂੰ ਹੀ ਅੱਗੇ ਕਰਕੇ ਸਾਹਮਣਾ, ਤੇ ਉਵੇਂ ਅੱਜ ਕਹਿਣ ਲੱਗੇ ਤੁਸੀਂ ਸਾਰੇ ਕਾਰਜ ਸਾਹਮਣੇ ਨੇ। ਤੇ ਗੁਰੂ ਸਾਹਿਬ ਜੀ ਰਾਮਦਾਸ ਜੀ ਮਹਾਰਾਜ ਕਹਿਣ ਲੱਗੇ ਕਿ ਸੰਗਤਾਂ ਬੜੀਆਂ ਆਈਆਂ ਹੋਈਆਂ, ਸੇਵਾ ਚੱਲ ਰਹੀ ਹੈ, ਅਸੀਂ ਤੇ ਨਹੀਂ ਆ ਸਕਦੇ, ਤੁਸੀਂ ਵੱਡੇ ਪੁੱਤਰ ਪ੍ਰਖੀ ਜਨਮ ਨੂੰ ਲੈ ਜਾਓ। ਜਦੋਂ ਪ੍ਰਖੀ ਜਨਮ ਨੂੰ ਪਤਾ ਲੱਗਿਆ ਕਹਿਣ ਲੱਗਾ ਮੇਦੋਂ ਵੀ ਜਾਓ, ਸੰਗਤਾਂ ਬੜੀਆਂ ਆਈਆਂ, ਮਾਇਆ ਵੀ ਬੜੀ ਆ ਰਹੀ ਹੈ, ਪਰ ਮਾਇਆ ਦਾ ਹੀ ਸਾਫ਼ ਰੱਖਣਾ ਕਿਉਂਕਿ ਲਾਲਚ ਸੀ ਅੰਦਰ, ਮੈਂ ਨਹੀਂ ਜਾ ਸਕਦਾ। ਦੂਜਾ ਡਰ ਇਹ ਸੀ ਜੇ ਕਿਤੇ ਮੈਂ ਚਲਾ ਗਿਆ ਤੇ ਮਗਰੋਂ ਕਿਤੇ ਗੁਰਦਾ ਗੰਦੀ ਛੋਟੇ ਨੂੰ ਦੇ ਦਿੱਤੀ ਜਾਵੇ, ਸਾਫ਼ ਇਨਕਾਰ ਕਰ ਦਿੱਤਾ। ਤੇ ਗੁਰੂ ਤੋਂ ਪਿਆਰੇ ਫਿਰ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਬੁਲਾਇਆ, 5ਵੇਂ ਪਾਤਸ਼ਾਹ ਜੀ ਮਹਾਰਾਜ ਨੂੰ, ਤੁਸੀਂ ਜਾਣਾ ਨਾਲ ਆਪਣੇ ਪਾਇਆ ਜੀ ਤੇ ਵਿਆਹ ਦੇ ਸਾਰੇ ਕਾਰਜ ਨਿਭਾ ਕੇ ਉੱਥੇ ਸੰਗਤਾਂ ਨੂੰ ਉਪਦੇਸ਼ ਦੇਣਾ, ਜਿੰਨਾ ਚਿਰ ਅਸੀਂ ਬੁਲਾਉਂਦੇ ਨਹੀਂ ਤੁਸੀਂ ਫਿਰ ਵਾਪਸ ਨਹੀਂ ਆਉਣਾ। ਤੇ ਗੁਰੂ ਤੋਂ ਪਿਆਰੇ ਯਕੀਨ ਜਾਣੇ 5ਵੇਂ ਪਾਤਸ਼ਾਹ ਜੀ ਮਹਾਰਾਜ ਨੇ ਦੋਜੀ ਗੱਲ ਮੂੰਹ ਨੂੰ ਕੱਢੀ ਨਹੀਂ, ਸੱਤ ਵਚਨ ਕਹਿ ਕੇ ਨਾਲ ਤੁਰੇ ਆਪਣੇ ਪਾਏ ਜੀ ਤੇ ਲਾਹੌਰ ਜਾ ਕੇ ਸਾਰਾ ਵਿਆਹ ਦਾ ਕਾਰਜ ਕੀਤਾ। ਜਿਸ ਵੇਲੇ ਗੁਰਮੁਖ ਪਿਆਰੇ 2-3 ਮਹੀਨੇ ਹੋ ਗਏ ਤੇ ਗੁਰੂ ਸਾਹਿਬ ਜੀ ਨੇ ਵਾਪਸ ਨਹੀਂ ਛੱਡਿਆ, ਕੋਈ ਬੁਲਾਵਾ ਨਹੀਂ ਆਇਆ, ਤੇ ਫਿਰ ਗੁਰੂ ਸਾਹਿਬ ਜੀ ਵਿਰਾਜਮਾਨ ਹੋ ਕੇ ਇੱਕ ਚਿੱਠੀ ਲਿਖਦੇ ਨੇ, ਉਹ ਚਿੱਠੀ ਬਾਣੀ ਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਪਹੁੰਚਿਆ। ਉਹ ਕਿਹੜੀ ਕਹਿੰਦੇ ਮੇਰਾ ਮਨ ਪਹੁੰਚਿਆ ਗੁਰ ਦਰਸ਼ਨ ਦਾ, ਜਿੰਨੀ ਚਿਰ ਜੇ ਸਾਡੇ ਅੰਦਰ ਭਾਵਨਾ ਨਹੀਂ ਨਾ ਆਉਂਦੀ ਇਹੀ ਪੰਕਤੀ ਵਾਲੀ, ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ
ਬਿਲਕੁਲ ਆਪਣੇ ਕੀ ਨਾਈ ਪ੍ਰਖਾਂ ਨਾ ਉਪਰੇ ਸ਼ਾਨ ਬਣਾਇਆ ਹੈ ਤੇ ਦਰਸ਼ਨ ਸੰਪਤੇ ਆਲੇ ਜੀਓ ਕੌਂ ਭੋਲੀ ਜੀਓ ਧੋਰ ਘੁਮਾਈ ਗੁਰ ਦਰਸ਼ਨ ਸੰਤ ਆਲੇ ਇਹ ਚਿੱਠੀ ਭੇਜੀ ਦਿੱਤੀ ਇੱਕ ਸਿੱਖ ਨੂੰ ਕਿਹਾ ਕਿ ਅੰਮ੍ਰਿਤਸਰ ਜਾਓ ਤੇ ਗੁਰੂ ਸਾਹਿਬ ਜੀ ਨੂੰ ਚਿੱਠੀ ਦੇ ਦੇਣੀ ਉਹ ਸਿੱਖ ਸੰਤ ਵੱਲੋਂ ਵੀ ਕਹਿ ਕੇ ਚੱਲਣ ਚਿੱਠੀ ਜਾਂਦੀ ਤੇ ਸਵਾਗ ਦੇ ਨਾਲ ਹੀ ਅੰਮ੍ਰਿਤਸਰ ਜਦੋਂ ਪਹੁੰਚਿਆ ਨਾ ਤੇ ਅੱਗੋਂ ਪ੍ਰੇਮੀ ਚੱਲ ਚੱਲੇ ਗਿਆ ਉਹਨੇ ਪਛਾਣਿਆ ਕਿ ਸਿੱਖ ਲਾਹੌਰ ਦਾ ਤੇ ਉਹਨੇ ਪੁੱਛਿਆ ਭਾਈ ਕਿਸ ਕਰਕੇ ਆਏ ਕਹਿਣ ਲੱਗੇ ਤੁਹਾਡੇ ਭਰਾ ਨੇ ਚਿੱਠੀ ਭੇਜੀ ਹੈ ਤੇ ਉਹ ਗੁਰੂ ਸਾਹਿਬ ਜੀ ਨੂੰ ਦੇਣ ਆਇਆ ਲੇਕਿਨ ਜਦ ਕਹਿਣ ਲੱਗਾ ਕਿ ਗੁਰੂ ਸਾਹਿਬ ਜੀ ਬੜੇ ਵਿਅਸਤ ਨੇ ਉਹ ਅਜੇ ਆਪ ਜੀ ਨੂੰ ਨਹੀਂ ਮਿਲ ਸਕਦੇ ਤੁਸੀਂ ਪਛਾਤਾ ਪਾਣੀ ਛਕੋ ਚਿੱਠੀ ਮੈਨੂੰ ਦੇ ਦਿਓ ਮੈਂ ਆਪਣੇ ਗੁਰੂ ਸਾਹਿਬ ਜੀ ਨੂੰ ਪਹੁੰਚਾ ਦਿਆਂ ਚਿੱਠੀ ਆਪਣੇ ਕੋਲ ਰੱਖ ਲਈ ਗੁਰੂ ਸਾਹਿਬ ਜੀ ਨੂੰ ਨਾਮ ਪੜਾਇਆ ਉਹ ਸਿੱਖ ਵਾਪਸ ਮੁੜ ਕੇ ਸਮਾਂ ਬੀਤਿਆ ਉਹ ਚਿੱਠੀ ਦਾ ਜਵਾਬ ਨਹੀਂ ਆਇਆ ਮੈਂ ਗੁਰੂ ਸਾਹਿਬ ਜੀ ਨੇ ਦੂਸਰੀ ਚਿੱਠੀ ਲਿਖੀ ਕਿਹੜੀ ਹੈ ਤੇਰਾ ਮੁੱਖ ਸੁਭਾਵ ਆ ਜੀਵ ਸਹਿਜ ਮਨ ਬਾਣੀ ਚਿਰ ਹੋਵਾ ਦੇਖੇ ਸਾਰੰਗ ਪਾਣੀ ਧਨ ਸੋ ਦੇਸ ਜਹਾਂ ਕੁਮਰਿਆ ਮੇਰੇ ਸਚਨ ਮੀਨ ਮੁਰਾਰੇ ਜੀਓ ਸੱਜਣ ਨੀ ਮੁਰਾਦੇ ਇਹ ਦੂਸਰੀ ਚਿੱਠੀ ਤੇ ਫਿਰ ਚਿੱਠੀ ਦੇ ਕੇ ਗੁਰੂ ਸਾਹਿਬ ਜੀ ਨੇ ਉਹ ਸਿੱਖ ਨੂੰ ਭੇਜਿਆ ਕਿ ਜਾ ਗੁਰੂ ਸਾਹਿਬ ਜੀ ਨੂੰ ਚਿੱਠੀ ਦੇ ਕੇ ਆਈ ਸੱਤ ਵਜੇ ਨੇ ਕਿਹਾ ਕਿ ਉਹ ਸਿੱਖ ਨੂੰ ਚਲਾ ਗਿਆ ਸਵਾਗਤ ਦੇ ਨਾਲ ਆਗੋ ਫਿਰ ਨਹੀਂ ਚੰਦ ਮਿਲ ਗਏ ਪਛਾਣ ਲਿਆ ਇਹਦਾ ਤੂੰ ਅਜੇ ਗਿਆ ਨਹੀਂ ਕਹਿੰਦਾ ਜਿੱਥੇ ਮੈਂ ਦੂਸਰੀ ਚਿੱਠੀ ਲੈ ਕੇ ਆਇਆ ਆਪ ਜੀ ਦੇ ਭਰਾ ਨੇ ਦੂਜੀ ਚਿੱਠੀ ਲਈ ਉਹ ਕਹਿਣ ਲੱਗਾ ਮੈਂ ਮੈਨੂੰ ਪੜਾ ਦੇ ਮੈਂ ਪੜਾ ਦਿਆਂ ਗੁਰੂ ਸਾਹਿਬ ਨੂੰ ਦੂਸਰੀ ਚਿੱਠੀ ਵੀ ਦੇ ਦਿੱਤੀ ਪ੍ਰਸ਼ਾਦਾ ਪਾਣੀ ਛਕਿਆ ਸਿੱਖ ਵਾਪਸ ਆ ਗਿਆ ਸਮਾਂ ਫਿਰ ਬੀਤਾ ਗਿਆ ਤੇ ਗੁਰਮੁਖ ਪਿਆਰੇ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ ਤੇ ਫਿਰ ਮਨ ਦੇ ਵਿੱਚ ਸ਼ੰਕਾ ਜਾ ਗਈ ਅਜੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਕਿ ਏਦਾਂ ਤਾਂ ਹੋ ਨਹੀਂ ਸਕਦਾ ਕਿ ਗੁਰੂ ਸਾਹਿਬ ਜੀ ਚਿੱਠੀ ਪੜ੍ਹ ਕੇ ਵੀ ਉੱਥੋਂ ਜਵਾਬ ਨਾ ਦੇਣ ਤੇ ਉਹ ਸਿੱਖ ਨੂੰ ਬੁਲਾ ਕੇ ਪੁੱਛਦੇ ਤੂੰ ਚਿੱਠੀ ਫੜਾਈ ਕਿਉਂ ਕਹਿਣ ਲੱਗਾ ਜੀ ਆਪ ਜੀ ਦਾ ਭਰਾ ਮਿਲ ਗਿਆ ਕਿ ਚਿੱਠੀ ਉਹਨੂੰ ਦਿੱਤੀ ਹੈ ਉਹ ਕਹਿੰਦਾ ਸੀ ਵੀ ਆਪਣੇ ਗੁਰੂ ਸਾਹਿਬ ਜੀ ਨੂੰ ਚਿੱਠੀ ਦੇ ਦਿਆ ਤੇ ਸਾਰੇ ਭਰਮ ਭੁਲੇਖੇ ਦੂਰ ਹੋ ਗਏ ਪਤਾ ਲੱਗ ਗਿਆ ਵੀ ਚਿੱਠੀ ਨਹੀਂ ਫੜਾਈ ਤੇ ਫਿਰ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਤੀਜੀ ਚਿੱਠੀ ਲਿਖਦੇ ਨੇ ਇੱਕ ਘੜੀ ਨਾ ਮਿਲਦੇ ਤਾਂ ਘਰ ਚੋਤਾ ਹੁਣ ਕਦ ਮਿਲੀ ਹੈ ਨੀਂਦ ਨਾ ਯਾਦ ਹੈ ਬਿਨ ਦੇਖੇ ਗੁਰ ਦਰਬਾਰੇ ਤੇ ਤੀਜੀ ਚਿੱਠੀ ਲੈ ਕੇ ਉੱਪਰ ਤਿੰਨ ਅੰਕ ਪਾ ਦਿੰਦੇ ਨੇ ਮਤਲਬ ਇਹ ਤੀਜੀ ਚਿੱਠੀ ਹੈ ਸਿੱਖ ਨੂੰ ਵਧਾਈ ਦਿੰਦੇ ਨੇ ਤੁਸੀਂ ਚੰਦ ਮਿਲੇ ਵੀ ਚਿੱਠੀ ਉਹਨੂੰ ਨਹੀਂ ਦੇ ਸਕਦੇ ਗੁਰੂ ਸਾਹਿਬ ਜੀ ਨੂੰ ਚਿੱਠੀ ਹੱਥੀ ਦੇ ਕੇ ਆਉਣੀ ਹੈ ਇਹ ਤਰ੍ਹਾਂ ਪੱਕਾ ਕਰਕੇ ਉਹ ਸਿੱਖ ਨੂੰ ਭੇਜ ਦਿੱਤਾ ਸਿੱਖ ਅੰਮ੍ਰਿਤਸਰ ਆਇਆ ਵੇਖੀ ਜਾਂਦੇ ਪੁੱਛਿਆ ਵੀ ਪੜ ਕੇ ਮੁੱਕ ਕੇ ਕਹਿੰਦਾ ਚਿੱਠੀ ਮੇਰੇ ਕੋਲ ਇਸ ਵਾਰੀ ਹੋਈ ਨਹੀਂ ਮੈਂ ਉਦੋਂ ਆ ਕੇ ਇੱਥੇ ਹੀ ਹਾਂ ਮੈਂ ਗਿਆ ਹੀ ਨਹੀਂ ਘਰੇ ਅਗਲਾ ਦਿਨ ਹੋਇਆ ਚੌਥੇ ਪਾਤਸ਼ਾਹ ਜੀ ਮਹਾਰਾਜ ਨੂੰ ਇਹ ਸਿੱਖ ਮਿਲਿਆ ਤੇ ਜਾ ਕੇ ਨਮਸਕਾਰ ਕੀਤੀ ਤੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਕਹਿਣ ਲੱਗਾ ਕਿ ਆਪ ਜੀ ਦੇ ਪੁੱਤਰ ਨੇ ਭੇਜਿਆ ਚਿੱਠੀ ਦੇ ਕੇ ਜਦੋਂ ਗੁਰੂ ਸਾਹਿਬ ਜੀ ਨੇ ਚਿੱਠੀ ਵੇਖੀ ਤੇ ਉੱਪਰ ਤਿੰਨ ਅੰਕ ਪਾਇਆ ਹੋਇਆ ਸੀ
ਇਹ ਅੰਤਰ ਪਾਇਆ ਹੋਇਆ ਸੀ ਤੇ ਗੁਰਮੁਖ ਪਿਆਰੇ ਉਸ ਵੇਲੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਪਹਿਲੀਆਂ ਦੋ ਚਿੱਠੀਆਂ ਵੀ ਆਈਆਂ ਇਹਨਾਂ ਲੱਗਾ ਹਾਂਜੀ ਮੈਂ ਆਪ ਜੀ ਦੇ ਵੱਡੇ ਪੁੱਤਰ ਲਿਖੀ ਜਾਣ ਨੂੰ ਪੜ੍ਹਨਾ ਨਹੀਂ ਕਹਿਣ ਲੱਗੇ ਪੂਰੀ ਗੱਲ ਤੇ ਗੁਰੂ ਸਾਹਿਬ ਜੀ ਨੇ ਉਸੇ ਵੇਲੇ ਆਪਣੇ ਸਿੱਖ ਭੇਜੇ ਕਹਿਣ ਲੱਗੇ ਪੂਰੇ ਚਿਤਕਾਰ ਦੇ ਨਾਲ ਅਗਲੇ ਪਾਤਸ਼ਾਹ ਜੀ ਮਹਾਰਾਜ ਨੂੰ ਲੈ ਕੇ ਆਓ ਜਿਸ ਵੇਲੇ ਗੁਰੂ ਸਾਹਿਬ ਜੀ ਆਏ ਨਮਸਕਾਰ ਕੀਤੀ ਚਰਨਾਂ ਤੇ ਮੱਥਾ ਟੇਕਿਆ ਤੇ ਇਧਰ ਮ੍ਰਿਤੀ ਚਰਨ ਨੂੰ ਬੁਲਾਵਾ ਭੇਜ ਦਿੱਤਾ ਗਿਆ ਕਿ ਆ ਜਾ ਭਾਈ ਜਦੋਂ ਮ੍ਰਿਤੀ ਚਰਨ ਆਇਆ ਤਾਂ ਗੁਰੂ ਸਾਹਿਬ ਜੀ ਪੁੱਛਣ ਲੱਗੇ ਚੌਥੇ ਪਾਤਸ਼ਾਹ ਜੀ ਮਹਾਰਾਜ ਤਾਰੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਪੁੱਛਣ ਲੱਗੇ ਕਿ ਪਹਿਲੀਆਂ ਦੋ ਚਿੱਠੀਆਂ ਕਿੱਥੇ ਨੇ ਤੇ ਗੁਰੂ ਕੋ ਪਿਆਰੋ ਵੇਖੋ ਇਹ ਚਿੱਠੀਆਂ ਪਾੜਨੀਆਂ ਹੋ ਲੱਗੀਆਂ ਚਿੱਠੀ ਪਾੜੀ ਹੋਈ ਨੀ ਉਦਾਂ ਹੀ ਖੀਸੇ ਦੇ ਵਿੱਚ ਰੱਖੀ ਆ ਤੇ ਉਸ ਟਾਈਮ ਉਹ ਮੁਰਕਾ ਜਿਹੜਾ ਪਹਿਲਾਂ ਪਾਇਆ ਸੀ ਉਹ ਘਰੇ ਸੀ ਅੱਜ ਕੱਪੜੇ ਬੰਦੇ ਹੋਏ ਕਹਿਣ ਲੱਗਾ ਜੀ ਮੈਨੂੰ ਤੇ ਕੋਈ ਚਿੱਠੀਆਂ ਬਣੀਆਂ ਹੈ ਸਾਹ ਦੇ ਮੁਕਰ ਗਿਆ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇਸ ਸਿੱਖ ਨੇ ਦੋ ਦਿਨ ਚਿੱਠੀਆਂ ਦਿੱਤੀਆਂ ਤੇ ਚਿੱਠੀਆਂ ਆਪਣੇ ਆਪ ਦੇ ਦਿੱਤੀਆਂ ਕਹਿਣ ਲੱਗਾ ਇਹ ਤਾਂ ਝੂਠ ਬੋਲਦਾ ਮੈਨੂੰ ਤੇ ਕੋਈ ਚਿੱਠੀ ਦਿੱਤੀ ਨਹੀਂ ਤੇ ਗੁਰੂ ਸਾਹਿਬ ਜੀ ਨੇ ਫਿਰ ਆਪਣੇ ਸਿੱਖ ਨੂੰ ਇਸ਼ਾਰਾ ਕੀਤਾ ਕਹਿਣ ਲੱਗੇ ਕਿ ਇਹਨਾਂ ਦੇ ਘਰੇ ਜਾਓ ਫਲਾਨੇ ਕਮਰੇ ਦੇ ਵਿੱਚ ਇਹਨਾਂ ਕੁਰਤਾ ਟੰਗਿਆ ਤੇ ਉਹਦੇ ਖੀਸੇ ਵਿੱਚ ਚਿੱਠੀਆਂ ਨੇ ਲੈ ਆ ਉਹ ਕੁਰਤਾ ਨਾਲ ਹੀ ਲੈ ਆ ਚੱਕੇ ਜਦੋਂ ਉਹ ਕੁਰਤਾ ਉਸੇ ਤਰ੍ਹਾਂ ਮੰਗਾਇਆ ਗਿਆ ਦਰਬਾਰ ਦੇ ਵਿੱਚ ਗੁਰੂ ਸਾਹਿਬ ਜੀ ਫਿਰ ਤੁਸੀਂ ਚੰਦ ਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਚੰਦ ਹੁਣ ਕੱਢ ਕੇ ਦੇ ਦੇਗਾ ਕਿ ਆਪੇ ਖੜਾ ਲਈ ਫਿਰ ਨੀਵੀਂ ਪਾ ਕੇ ਖੜੀ ਗੁਰੂ ਸਾਹਿਬ ਜੀ ਨੇ ਚਿੱਠੀਆਂ ਪੜ੍ਹੀਆਂ ਬਾਣੀ ਪੜ੍ਹੀ ਤੇ ਕਹਿਣ ਲੱਗੇ ਲੈ ਤੁਸੀਂ ਚੰਦ ਅੱਜ ਤੈਨੂੰ ਮੌਕਾ ਦਿੱਤਾ ਕਹਿੰਦੇ ਤਿੰਨ ਚਿੱਠੀਆਂ ਲਿਖੀਆਂ ਨੇ ਤੇ ਬਾਣੀ ਰੂਪ ਨੇ ਚੌਥਾ ਬੰਦ ਇਹਦੇ ਨਾਲ ਜੋੜ ਦੇ ਤੈਨੂੰ ਗੁਰਤਾ ਗੱਦੀ ਦੇ ਤੇਰੇ ਕੋਲ ਮੌਕਾ ਤਿੰਨ ਚਿੱਠੀਆਂ ਤਿੰਨ ਬੰਦ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਨੂੰ ਲਿਖ ਦਿੱਤੇ ਸੀ ਕਹਿਣ ਲੱਗੇ ਚੌਥਾ ਬੰਦ ਸਮਾਪਤੀ ਦਾ ਲਿਖ ਦਿਓ ਬਾਣੀ ਰੂਪ ਤੁਹਾਨੂੰ ਗੁਰਤਾ ਗੱਦੀ ਦਿੱਤੀ ਗੁਰਮੁਖੋ ਪਿਆਰੋ ਇੰਨੀ ਹਿੰਮਤ ਕਿੱਥੇ ਸੀ ਜਿਹੜਾ ਆਪਣੇ ਆਪ ਲਿਖ ਜਾਂਦਾ ਉਹ ਅਕਾਲ ਪੁਰਖ ਪਰਮੇਸ਼ਰ ਚਾਹੇ ਜੇ ਧੁਰਕੀ ਬਾਣੀ ਆਈ ਉਹ ਕਿਹੜੀ ਬਾਣੀ ਲਿਖੀ ਜਾਣੀ ਜੇ ਪਰਮੇਸ਼ਰ ਚਾਹੁੰਦਾ ਨਹੀਂ ਲਿਖੀ ਚੁੱਪ ਕਰਕੇ ਖੜ ਗਿਆ ਨਹੀਂ ਵੀ ਪਾ ਲਈ ਫਿਰ ਚੌਥੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਅਰਜਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿ ਪਹਿਲਾਂ ਵੀ ਆਪ ਜੀ ਨੇ ਤਿੰਨ ਬੰਦ ਲਿਖੇ ਨੇ ਚੌਥਾ ਬੰਦ ਵੀ ਫਿਰ ਤੁਸੀਂ ਗੁਰਮੁਖ ਪਿਆਰੇ ਉਸ ਵੇਲੇ ਫਿਰ ਪੰਜਵੇਂ ਪਾਤਸ਼ਾਹ ਜੀ ਪਤਾ ਕਿ ਕਹਿੰਦੇ ਭਾਗ ਦੁਆਗ ਸੰਤ ਮਿਲਾਇਆ ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ ਸੇਵ ਕਰੀ ਪਰ ਜਸਾ ਨਾ ਵਿਛੜਾ ਇਹ ਨਾਨਕ ਦਾਸ ਕੁਮਾਰੀ ਜੀਓ ਕੌਮ ਭੋਲੀ ਜੀਓ ਘੋਰ ਕੁਮਾਰੀ ਜਿਹਨਾਂ ਨਾਨਕ ਦਾਸ ਤੁਹਾਰੇ ਇਸ ਕਰਕੇ ਪਹਿਲੇ ਪਾਤਸ਼ਾਹ ਜੀ ਮਹਾਰਾਜ ਨੂੰ ਗੁਰਤਾ ਕਰਦੇ ਕਿਤੇ ਮਰਨਾ ਦੀ ਸ਼ਾਂਤੀ ਦੇ ਕੋਲ ਦੱਸਣਾ ਤੇ ਹੁਕਮ ਦੀ ਉਲੰਘਣਾ ਨਹੀਂ ਸੀ ਕੀਤੀ ਤਾਂ ਗੁਰਮੁਖੋ ਪਿਆਰੇ ਅੱਜ ਵੀ ਅਸੀਂ ਤੇ ਗੁਰੂ ਦੇ ਹੁਕਮ ਨੂੰ ਮੰਨੀਏ ਨਾ ਤੇ ਸਾਡਾ ਜੀਵਨ ਸਫਲਾ ਹੋ ਜਾਵੇ ਗੁਰੂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਇੱਕ ਸ਼ਬਦ ਮੇਰੇ ਪ੍ਰਾਣ ਮਸਤ ਹੈ ਬਹੁਤ ਜਗਮਨਾ ਜੇ ਕਿਤੇ ਇੱਕ ਸ਼ਬਦ ਜੇ ਅਸੀਂ ਜਿਹੜਾ ਕੰਮ
ਅਸੀਂ ਆਪਣੇ ਜੀਵਨ 'ਚ ਢਾਲ ਲਈਏ, ਉਹਨੂੰ ਕਮਾਉਣਾ ਸ਼ੁਰੂ ਕਰ ਦਈਏ ਤਾਂ ਸਾਡਾ ਜੀਵਨ ਬਦਲ ਜਾਵੇਗਾ, ਅਸੀਂ ਵੀ ਗੁਰੂ ਦੇ ਪਿਆਰੇ ਪ੍ਰੇਮੀ ਸਿੱਖ ਬਣ ਜਾਵਾਂਗੇ। ਸਮਾਂ ਸਮਾਪਤੀ ਦਾ ਹੋ ਚੁੱਕਿਆ ਹੈ। ਵਿਚਾਰ ਕਰਦਿਆਂ ਤੋਂ ਅੱਖਰ ਵੱਧ ਘੱਟ ਵੀ ਬੋਲੇ ਜਾਂਦੇ ਨੇ, ਕਈ ਵਾਰੀ ਇਤਿਹਾਸ ਆਪਸ ਵਿੱਚ ਮੇਚ ਨਹੀਂ ਖਾਂਦਾ, ਕਿਉਂਕਿ ਇਤਿਹਾਸਕਾਰ ਬੜੇ ਹੋਏ ਨੇ। ਤੁਸੀਂ ਕਿਸੇ ਹੋਰ ਦਾ ਪੜ੍ਹਿਆ ਹੋਵੇਗਾ ਇਤਿਹਾਸ, ਅਸੀਂ ਕਿਸੇ ਹੋਰ ਦਾ ਇਤਿਹਾਸ ਪੜ੍ਹਿਆ ਹੋਵੇਗਾ। ਸੋ ਕਈ ਵਾਰੀ ਵਿਚਾਰ ਦੇ ਵਿੱਚ ਫਰਕ ਪੈ ਜਾਂਦਾ ਹੈ। ਗੁਰੂ ਸਾਹਿਬ ਦੀ ਸਮਰੱਥ ਨੇ ਜਾਣੀ ਜਾਣ ਦੇ ਅੱਗੇ ਵਾਸਤੇ ਕਿਰਪਾ ਕਰਨ ਸਮਰੱਥ ਕੋਸ਼ਿਸ਼ ਕਰਨ ਹੋਈ ਆਵੇ ਰਾਮ ਦੀ ਸਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।